पंथ दे विच लोकल गुरुद्वारियां तो लैके एकेडमिक इंस्टीट्यूशन दे विच भी साढ़े गुरुद्वारियां दे विच भी जिहड़ियां जथेबंदियां ने उहनां दे विच भी बड़ा विवाद जिहा चल रहा ते हरेक बंदा हरेक संस्था अपने अपने तरीके नाल दसम पातशाह नूं प्रजेंट कर रही है। तो जिहड़े नौजवान इत्थे वैस्ट विच भी पल रहे ने, मैं भी कैंसर सिटी वड्डा होया, समस्या सामने सामने आ जाती है। विच गुरु गोबिंद सिंह जिहड़ा मैकलॉड लिख रहा, जिहड़ा कोई जथेबंदी लिख रही है, जिहड़ा ओरल ट्रेडिशन विच आए हुए ने, किहड़ा महाराज? सानू फिर देखना पऊ कि जो असी दसवें पातशाह की गल कर रहे हैं उहदे विच संगती रूप विच असी बैठ के देखते हैं गुरु साहब नूं, जिहदे विच सानू किसे लैवल ते सुरत दीआं गल्लां भी चाहीदीआं ने, किसे लैवल ते सानू तर्क भी चाहीदा, लॉजिकल कॉमन सेंस भी चाहीदी आ। फिर जिहड़ा आम बंदा जिहड़ा संगत दे रूप विच बैठा उह किहड़े तरीके नाल अपना प्रेम अपना प्यार अपना लव दसवें पातशाह दे प्रति वधावे, इह इक बहुत वड्डी चुनौती है साडे सामने। हिस्टोरिकल ट्रेंड जिहड़ा हैगा, हिस्टोरिकल एनालिसिस आ, इहदे वादे किंतु परंतु हो सकदे ने, वधिया चीज़ां वी सारिआं ने प्रेजेंट कीतीआं ने, बट एज एन इंडिविजुअल इट्स गुड टू नो डेटा साढ़े को बड़ा आ रहा है। अज की जी टैक्नोलॉजिकल एज हैगी, बड़े डेटा ने, यूट्यूब से पा के देख लो, गूगल कर लो, किताबा पढ़ लो, पहले तो अभी कहते मिलती नहीं, हम सब कुछ मिलता। क्वेश्चन इज कि इनफॉर्मेशन ठीक है, विच गुरु गोबिंद सिंह महाराज का किड़ा परस्पैक्टिव असी नाल लैके जाइए। जब असी गुरु लव जो वरत लिया, तुहानू पता सिखी दे विच गुरु आम वर्ड नहीं आ, गुरबाणी च आ गया परफेक्शन आ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ। ਪਰਫੈਕਸ਼ਨ ਨੂੰ ਕਿਸ ਨਜ਼ਰੀਏ ਤੋਂ ਦੇਖੀਏ, ਉੱਥੇ ਅਸੀਂ ਛੋਟਾ ਕਰ ਦਿੰਦੇ ਹਾਂ ਨਜ਼ਰੀਆ, ਫਿਰ ਅਸੀਂ ਕਹਿੰਦੇ ਹਾਂ ਜੀ ਵੱਡੇ ਵੱਡੇ ਕਵੀ ਸੀ, ਯੋਧੇ ਸੀ, ਇੱਦਾਂ ਦੀਆਂ ਗੱਲਾਂ ਸ਼ੁਰੂ ਕਰ ਦਿੰਦੇ ਹਾਂ, ਪਰ ਉਹ ਤਾਂ ਬਹੁਤ ਨੇ ਦੁਨੀਆ 'ਚ। ਹਾਊ ਡੂ ਵੀ ਲੁੱਕ ਐਟ ਪਰਫੈਕਸ਼ਨ? ਦਸਮ ਪਾਤਸ਼ਾਹ ਇਜ਼ ਆਲਸੋ ਪਰਫੈਕਸ਼ਨ। ਫਿਰ ਨਾਲ ਗੋਬਿੰਦ ਲਖਿਆ ਜਿਹੜਾ ਵਰਡ ਨੂੰ ਵੀ ਤੁਸੀਂ ਦੇਖੋ, ਕ੍ਰੀਏਟਿਵ ਫੋਰਸ ਜਿਹੜਾ ਹੈਗਾ ਦੁਨੀਆ ਦਾ। ਜਦ ਅਸੀਂ ਦਸਵੇਂ ਪਾਤਸ਼ਾਹ ਨੂੰ ਦੇਖ ਰਹੇ ਹਾਂ ਕਿ ਉਹਦੇ ਵਿੱਚ ਸਾਨੂੰ ਪ੍ਰੋਫਿਟ ਜੀਨੀਅਸ ਨਜ਼ਰ ਆ ਰਹੀ ਹੈ, ਜਾਂ ਅਸੀਂ ਕ੍ਰੀਏਟਿਵ ਲੈਵਲ ਤੇ ਵੀ ਦੇਖ ਰਹੇ ਹਾਂ, ਜਾਂ ਸਿੱਧੀਆਂ ਸਿੱਧੀਆਂ ਗੱਲਾਂ ਹੀ ਬਣਾਈ ਜਾ ਰਹੇ ਹਾਂ, ਕਿਉਂਕਿ ਗੁਰੂ ਜਿਹੜਾ ਤਰੀਕੇ ਨਾਲ ਅਸੀਂ ਵਿਚਰਦੇ ਹਾਂ, ਓਬਵੀਅਸਲੀ ਉਹ ਹਿਊਮਨ ਬੀਇੰਗ ਵੀ ਸੀਗੇ, ਬਟ ਉਹਨਾਂ ਦੇ ਵਿੱਚ ਪਰਫੈਕਸ਼ਨ ਆਈ ਹੋਈ ਸੀ। ਸੋ ਉਹਨਾਂ ਦੀ ਜਿਹੜਾ ਇਹ ਹਿਸਟਰੀ ਆ, ਉਹ ਜਿਹੜੇ ਹਿਸਟਰੀ ਦੇ ਮਿਆਰ ਦੇ ਅੱਜ ਕੱਲ੍ਹ ਬਣ ਗਏ ਨੇ, ਜਾਂ ਲਿਟਰੇਚਰ ਦੇ ਮਿਆਰ ਜਿਹੜੇ ਬਣੇ ਹੋਏ ਨੇ ਸਟੈਂਡਰਡ, ਜਾਂ ਜੋ ਸਾਈਕੋਲੋਜੀ ਅੱਜ ਵੀ ਸਾਨੂੰ ਸਿਖਾ ਰਹੀ ਆ, ਉਸ ਆਧਾਰ ਤੇ ਜੇ ਅਸੀਂ ਦਸਵੇਂ ਪਾਤਸ਼ਾਹ ਨੂੰ ਦੇਖਾਂਗੇ, ਬਹੁਤ ਵੱਡੀ ਭੁੱਲ ਹੋਊਗੀ। ਕਿਉਂਕਿ ਉਹਨਾਂ ਦੇ ਜਿਹੜੀ ਲਾਈਫ ਹੈਗੀ, ਉਹਦੀ ਦਿਸ਼ਾ ਤੇ ਉਹਦੀ ਗਤੀ ਦੋਨੋਂ ਹੀ ਕਿਤੇ ਗਾਹ ਨੇ। ਸੋ ਵੀ ਕੈਨ ਨਾਟ ਲੁੱਕ ਐਟ ਹਿਸ ਲਾਈਫ ਐਜ਼ ਏ ਰੈਗੂਲਰ ਹਿਸਟੋਰੀਕਲ ਇਵੈਂਟ। ਕੁਛ ਹੋਰ ਵੱਡੀ ਗੱਲ ਚੱਲ ਰਹੀ ਹੈ ਜਿਹੜੀ ਕਿ ਸਾਡੀ ਪੈਰਾਡਾਈਮ ਦੇ ਵਿੱਚ ਸਾਡੇ ਦਿਮਾਗ ਮੁਤਾਬਕ ਸਾਨੂੰ ਸ਼ਾਇਦ ਸਮਝ ਨਾ ਆਵੇ, ਸਾਨੂੰ ਇਹ ਕਹਿ ਦੇਣਾ ਚਾਹੀਦਾ ਕਿ ਮੈਨੂੰ ਸਮਝ ਨਹੀਂ ਆ ਰਿਹਾ, ਬਟ ਆਪਾਂ ਇਹ ਨਾ ਕਹੀਏ ਕਿ ਹਰ ਚੀਜ਼ ਨੂੰ ਵੀ ਕੁਐਸਚਨ ਕਰੀਏ। ਕੁਐਸਚਨ ਕਰ ਸਕਦੇ ਹਾਂ ਸਿੱਖਣ ਦੇ ਲਈ, ਬਟ ਕਈ ਚੀਜ਼ਾਂ ਨੇ ਜਿਹੜੀਆਂ ਸਾਡੇ ਮੰਡਲ ਦੇ ਵਿੱਚ, ਸਾਡੇ ਦਿਮਾਗਾਂ ਦੇ ਵਿੱਚ, ਸਾਡੀ ਜੀਨੀਅਸ ਦੇ ਵਿੱਚ ਅਜੇ ਐਂਟਰ ਵੀ ਨਹੀਂ ਕਰ ਪਾਈਆਂ। ਉੱਥੇ ਕ੍ਰੀਏਟਿਵਿਟੀ ਦੀ ਲੋੜ ਆ, ਉੱਥੇ ਜਿਹੜੀ ਆਈਡੈਂਟੀਫਿਕੇਸ਼ਨ ਅਸੀਂ ਗੁਰੂ ਨਾਲ ਕਰਨੀ ਆ, ਜਿਹੜੀ ਆਈਡੈਂਟੀਟੀ ਗੁਰੂ ਸਾਡੀ ਡਿਵੈਲਪ ਕਰ ਰਿਹਾ, ਇਨਫੈਕਟ ਤੁਸੀਂ ਅਰਲੀਅਰ ਸੁਣ ਲਿਆ ਜਿਹੜੀ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਈ ਹੋਈ ਸੀ ਤੇ ਉਹਦੀ ਇਨੋਗਰੇਸ਼ਨ ਦਸਵੇਂ ਪਾਤਸ਼ਾਹ ਨੇ ਕੀਤੀ ਆ, ਉਸੀ ਕੱਲਾ ਫੋਕਸ ਬਾਹਰਲੀ ਆਈਡੈਂਟੀਟੀ ਨਾ ਬਣਾ ਲਈਏ, ਉੱਥੇ ਗੱਲ ਚੱਲ ਰਹੀ ਆ ਆਈਡੈਂਟੀਟੀ ਫਾਰਮੇਸ਼ਨ ਦੀ। ਤੇ ਜੇ ਇਕੱਲੀ ਬਹਿਰੂਪੀਏ ਦੇ ਰੂਪ ਵਿੱਚ ਅਸੀਂ ਆ ਜਾਵਾਂਗੇ ਤੇ ਗੁਰੂ ਨੂੰ ਵੀ ਇਕੱਲੇ ਫਿਜ਼ੀਕਲ ਲੈਵਲ ਤੇ ਹੀ ਦੇਖਾਂਗੇ, ਇਹ ਵੀ ਬਹੁਤ ਵੱਡੀ ਭੁੱਲ ਹੋਊਗੀ, ਕਿਉਂਕਿ ਉੱਥੇ ਇੱਕ ਆਈਡੈਂਟੀਟੀ ਫਾਰਮੇਸ਼ਨ ਚੱਲ ਰਹੀ ਆ। ਜਿਵੇਂ ਸੱਤੇ ਬਲਵੰਡ ਦੀ ਵਾਰ ਵਿੱਚ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਇਹ ਰਾਜ ਤਾਂ ਗੁਰੂ ਨਾਨਕ ਸਾਹਿਬ ਨੇ ਹੀ ਚਲਾਤਾ ਸੀ, ਇਹਦੀ ਨੀਂਹ ਸੱਚ ਦੀ ਪਹਿਲਾਂ ਹੀ ਭਰਤੀ ਸੀ, ਇਹਦੇ ਉੱਤੇ ਇੱਕ ਕਿਲਾ ਉਸਾਰਨਾ ਸ਼ੁਰੂ ਕਰ ਦਿੱਤਾ ਸੀ। ਇਹ ਸੱਤੇ ਬਲਵੰਡ ਦੀ ਵਾਰ 'ਚ ਆਇਆ, ਨਾਨਕ ਰਾਜ ਚਲਾਇਆ ਸੱਚ ਕੋ ਸਤਾਣੀ ਨੀਂਹ ਦੇ। ਉਸ ਦੇ ਆਧਾਰ ਤੇ ਜੇ ਅਸੀਂ ਦਸਵੇਂ ਪਾਤਸ਼ਾਹ ਨੂੰ ਦੇਖਾਂਗੇ, ਫਿਰ ਸਾਨੂੰ ਕਿਲਿਆਂ ਨੂੰ ਵੀ ਹੋਰ ਐਂਗਲ ਤੋਂ ਦੇਖਣਾ ਪੈਣਾ ਕਿ ਜਿਹੜੇ ਪੰਜ ਕਿਲੇ ਬਣਾਏ ਗਏ ਸੀ ਉਹ ਕੀ ਕਾਰਨ ਸੀ। ਅਸੀਂ ਆਮ ਕਿਲਿਆਂ ਵਾਂਗੂ ਨਾ ਦੇਖੀਏ, ਹੁਣ ਪਿੱਛੇ ਜੇ ਸਾਡੇ ਕੋਲ 1934 ਦੀ ਕੇਸਗੜ੍ਹ ਸਾਹਿਬ ਦੀ ਫੋਟੋ ਮਿਲੀ ਆ, ਉਸੇ ਤਰ੍ਹਾਂ ਬਰਕਰਾਰ ਖਲਾ ਉਹ ਕਿਹੜਾ, ਕੀ ਲੋੜ ਪਈ ਕਿ ਜਿਹੜਾ ਕਿਲਾ ਪੂਰੇ ਮਿਡਲ ਈਸਟਰਨ ਇਨਵੇਡਰਸ ਤੋਂ ਸਰਵਾਈਵ ਕਰ ਗਿਆ, ਬ੍ਰਿਟਿਸ਼ ਗਵਰਨਮੈਂਟ ਨੇ ਸਰਵਾਈਵ ਕਰ ਰਿਹਾ, ਹਿੰਦੁਸਤਾਨ ਦੀ ਆਜ਼ਾਦੀ ਤੱਕ ਸਰਵਾਈਵ ਕਰ ਗਿਆ, ਉਹਨਾਂ ਨੇ 60s ਵਿੱਚ ਢਾ ਕੇ ਉਹਦਾ ਆਰਕੀਟੈਕਚਰ ਵੀ ਕਿਉਂ ਚੇਂਜ ਕੀਤਾ? ਹੋ ਸਕਦਾ ਕੁਛ ਇਹੀ ਕਾਰਨਾਂ ਕਰਕੇ ਸਾਡੇ ਗੁਰਦੁਆਰੇ ਵੀ ਹੋਰ ਕਿਸਮ ਦੇ ਬਣੀ ਜਾ ਰਹੇ ਨੇ। ਦੇਰ ਇਜ਼ ਅ ਪਰਪਸ ਆਫ ਅ ਗੁਰਦੁਆਰਾ, ਜਿਵੇਂ ਪਹਿਲਾਂ ਗੱਲ ਹੋਈ ਹੈ, ਪੂਜਾ ਪਾਠ ਨਹੀਂ ਸੀ ਉਹਦਾ ਪਰਪਸ, ਅਸੀਂ ਤਾਂ ਜਿੱਥੇ ਮਰਜ਼ੀ ਕਰ ਸਕਦੇ ਹਾਂ, ਜਿੱਥੇ ਜਾਏ ਪਏ ਮੇਰਾ ਸਤਿਗੁਰੂ ਸੋ ਥਾਨ ਸੋ ਆਵਾ। ਇੱਥੇ ਮਿਲਦੀ ਸੀ ਟ੍ਰੇਨਿੰਗ, ਕਿਹੜੀਆਂ ਟ੍ਰੇਨਿੰਗ ਦਸਵੇਂ ਪਾਤਸ਼ਾਹ ਨੇ ਦਿੱਤੀਆਂ ਇਸ ਆਈਡੈਂਟੀਟੀ ਫਾਰਮੇਸ਼ਨ ਦੇ ਲਈ, ਜਿਹੜੀ ਕੇਸਗੜ੍ਹ ਤੋਂ ਆਨੰਦਗੜ੍ਹ ਤੱਕ ਸਾਨੂੰ ਲੈ ਕੇ ਜਾਂਦੀ ਸੀ, ਸਾਨੂੰ ਇਹ ਗੱਲਾਂ ਵੀ ਕਰਨੀਆਂ ਪੈਣਗੀਆਂ।
ਤੇ ਗੱਲ ਆ ਜਾਂਦੀ ਹੈ ਸਾਹਿਬ ਦੀ। ਫਿਰ ਸਾਹਿਬ ਅਸੀਂ ਕਹਿ ਤਾਂ ਦਿੰਦੇ ਹਾਂ, ਅੱਜ ਕੱਲ੍ਹ ਬੜਾ ਕਾਮਨਲੀ ਯੂਜ਼ ਕਰ ਰਹੇ ਹਾਂ, ਹਰ ਜਦੇ ਖੜੇ ਨੂੰ ਭਾਈ ਸਾਹਿਬ ਕਹਿਣਾ ਸ਼ੁਰੂ ਕਰਤਾ, ਮਾਇੰਡ ਨਾ ਕਰਿਓ। ਸਾਹਿਬ ਦਾ ਲਫਜ਼ੀ ਮਤਲਬ ਆ ਦ ਵਨ ਯੂ ਟੇਕ ਆਰਡਰਸ ਫਰੋਮ। ਆਸਾ ਕੀ ਵਾਰ ਚ ਪਹਿਲੇ ਸਲੋਕ ਚ ਆ ਗਿਆ ਛੱਕੇ ਵਿੱਚ ਕਿ ਜਿਹਦੇ 100 ਸਾਹਿਬ ਹੁੰਦੇ ਨੇ ਉਹਦਾ ਕੋਈ ਸਾਹਿਬ ਨਹੀਂ ਹੁੰਦਾ। ਅੱਜ ਕੱਲ੍ਹ ਅਸੀਂ ਹਰੇਕ ਤੋਂ ਹੀ ਆਰਡਰ ਲਈ ਜਾਂਦੇ ਹਾਂ। ਵੀ ਰੋਣੀ ਬੰਦਾ ਹੂ ਟੂ ਟੇਕ ਆਰਡਰਸ ਫਰੋਮ। ਇਫ ਯੂ ਸੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਜ਼ ਮਾਈ ਸਾਹਿਬ, ਜਿਵੇਂ ਗੁਰੂ ਗ੍ਰੰਥ ਸਾਹਿਬ ਨਾਲ ਸਾਹਿਬ ਲੱਗਿਆ ਤੇ ਗੁਰੂਆਂ ਨਾਲ ਲੱਗਿਆ ਸੀਗਾ, ਇਹ ਬਹੁਤ ਵੱਡਾ ਵਰਡ ਸੀ। ਅੰਗਰੇਜ਼ਾਂ ਨੇ ਥੱਲੇ ਆ ਕੇ ਅਸੀਂ ਵੀ ਹਰੇਕ ਨੂੰ ਸਾਹਿਬ ਕਹਿਣਾ ਸ਼ੁਰੂ ਕਰਤਾ, ਕਿਉਂਕਿ ਆਰਡਰ ਉਹਨਾਂ ਤੋਂ ਲੈ ਰਹੇ ਹਾਂ। ਸਾਹਿਬ ਇਜ਼ ਦਾ ਵਨ ਯੂ ਟੇਕ ਆਰਡਰਸ ਫਰੋਮ। ਕੀ ਅਸੀਂ ਜੋ ਸੋਚਿਆ ਕਿ ਮੈਂ ਕਿਹਦੇ ਕੋਲੋਂ ਆਰਡਰ ਲੈਣੇ ਨੇ? ਵੈਨ ਵੀ ਆਰ ਲੁਕਿੰਗ ਐਟ ਲਾਈਫ ਆਫ ਗੁਰੂ ਗੋਬਿੰਦ ਸਿੰਘ ਮਹਾਰਾਜ, ਅਸੀਂ ਨੌਜਵਾਨਾਂ ਨੂੰ ਕਹਿ ਤਾਂ ਦਿੰਦੇ ਹਾਂ ਜੀ ਇੱਧਰ ਚਲੇ ਗਏ ਤੇ ਉੱਧਰ ਚਲੇ ਗਏ ਤੇ ਸਿੱਖ ਨਹੀਂ ਬਣਦੇ। ਕਿਹੜੀਆਂ ਟ੍ਰਾਂਸਫਰ ਕਰ ਰਹੇ ਅਸੀਂ ਗੱਲਾਂ? ਜਿਵੇਂ ਛੋਟੇ ਸਾਹਿਬਜ਼ਾਦਿਆਂ ਦੀ ਇੱਥੇ ਗੱਲ ਕਰੀਏ, ਕੋਈ ਵੈਲਿਊ ਟ੍ਰਾਂਸਫਰ ਕੀਤੀਆਂ ਸੀਗੀਆਂ ਮਾਤਾ ਗੁਜਰੀ ਜੀ ਨੇ, 10ਵੇਂ ਪਾਤਸ਼ਾਹ ਨੇ, 9ਵੇਂ ਪਾਤਸ਼ਾਹ ਨੇ, ਸਿੱਖਾਂ ਨੇ ਜਿਹੜੇ ਉਹਨਾਂ ਦੇ ਆਲੇ ਦੁਆਲੇ ਸੀ, ਮਾਤਾ ਗੁਜਰੀ ਨੇ ਜਾਂ ਛੋਟੇ ਸਾਹਿਬਜ਼ਾਦੇ ਗਏ ਨੇ, ਕਿਤੇ ਨਹੀਂ ਉਹਨਾਂ ਨੂੰ ਕਿਹਾ ਜਾ ਕੇ ਕੋਰਟ ਵਿੱਚ ਇਹ ਬੋਲਿਓ। ਦੇਰ ਇਜ਼ ਨੋ ਵਰਜ਼ਨ ਆਫ ਦੈਟ ਸਾਖੀ। ਸ਼ੀ ਜਸਟ ਰਿਮਾਈਂਡਡ ਦੈਮ ਰਿਮੈਂਬਰ ਹੂ ਯੂ ਆਰ। ਅੱਜ ਅਸੀਂ ਕੀ ਕਰ ਰਹੇ ਹਾਂ, ਹਰੇਕ ਨੂੰ ਕਹਿੰਦੇ ਇੱਦਾਂ ਕਰੋ ਇੱਦਾਂ ਕਰੋ, ਜਿਵੇਂ ਪੁਰਾਣੇ ਪ੍ਰੀਚਰ ਹੋਰ ਧਰਮਾਂ ਦੇ ਕਰਦੇ ਸੀ, ਕਿਉਂਕਿ ਅਸੀਂ ਵੈਲਿਊਜ਼ ਟ੍ਰਾਂਸਫਰ ਨਹੀਂ ਕਰ ਪਾ ਰਹੇ ਹਾਂ। 10ਵੇਂ ਪਾਤਸ਼ਾਹ ਦਾ ਜਿਹੜਾ ਮੈਜਿਕ, ਜੇ ਅਸੀਂ ਤੁਸੀਂ ਦੇਖਣਾ ਆਪਾਂ ਲੱਭਦੇ ਹਾਂ ਅੱਜ ਕੱਲ੍ਹ ਵੀ ਚਮਤਕਾਰ ਕੋਈ ਦਿਖਾਵੇ, ਹਿਜ਼ ਮੈਜਿਕ ਵਾਜ਼ ਕਿ ਜਿਹੜੀਆਂ ਚੀਜ਼ਾਂ ਦੁਨੀਆ ਐਕਸਪੈਕਟ ਨਹੀਂ ਕਰਦੀ ਸੀ, ਜਿਹੜੇ ਬੰਦਿਆਂ ਕੋਲੋਂ, ਜਿਹੜੀਆਂ ਕੌਮਾਂ ਕੋਲੋਂ ਚੀਜ਼ਾਂ ਕੋਈ ਐਕਸਪੈਕਟ ਨਹੀਂ ਕਰਦਾ ਸੀ, ਉਹਨਾਂ ਨੇ ਉਹਨਾਂ ਕੋਲੋਂ ਕਰਕੇ ਦਿਖਾਈਆਂ। ਦਿਸ ਵਾਜ਼ ਹਿਜ਼ ਮੈਜਿਕ। ਕਰਾਮਾਤ ਵਰਡ ਰੀਡਿਫਾਈਨ ਕੀਤਾ ਗੁਰੂ ਗ੍ਰੰਥ ਸਾਹਿਬ 'ਚ ਵੀ। ਅਸੀਂ ਕਰਾਮਾਤਾਂ ਲੱਭਦੇ ਹਾਂ ਜਿੱਥੇ ਫੈਸੀਨੇਸ਼ਨ ਵਾਲੀਆਂ, ਕੋਈ ਆਵੇ ਕੁਛ ਕਰਕੇ ਦਿਖਾਵੇ ਐਕਸਟਰਾਆਰਡਨਰੀ। ਗੁਰੂ ਗ੍ਰੰਥ ਸਾਹਿਬ ਵਿੱਚ ਕਰਾਮਾਤ ਵਰਡ ਆਇਆ ਕਿ ਜਦ ਇੱਕ ਔਰਫਨ ਸੀ ਜਿਹੜਾ ਘੁੰਗਣੀਆਂ ਵੇਚਦਾ ਸੀ, ਬਲੂ ਕਾਲਰ ਜੋਬ ਵੀ ਕਾਲ ਇਟ ਟੁਡੇ, ਜਦ ਉਹ ਬਿਕੇਮ ਦੈਟ ਇੰਡੀਵਿਜੁਅਲ, ਭਾਈ ਜੇਠਾ ਬਿਕੇਮ ਵਟ ਦੀ ਅਨਕੰਟੈਸਟਡ ਲੀਡਰ ਆਫ ਦਾ ਸਿੱਖ ਨੇਸ਼ਨ, ਗੁਰੂ ਰਾਮਦਾਸ, ਉੱਥੇ ਲਿਖਿਆ ਪੂਰੀ ਹੋਈ ਕਰਾਮਾਤ। ਦਿਸ ਇਜ਼ ਮੈਜਿਕ ਫਾਰ ਅਸ ਕਿ ਜਿਹੜੇ ਐਕਸਟਰਾਆਰਡਨਰੀ ਚੀਜ਼ਾਂ ਨੂੰ ਕਰਕੇ ਦਿਖਾਇਆ ਹੋਵੇ। ਇਹ ਟ੍ਰੇਨਿੰਗ ਸ਼ੁਰੂ ਹੋ ਗਈ ਸੀ ਸਾਰੀਆਂ, ਤੇ 10ਵੇਂ ਪਾਤਸ਼ਾਹ ਨੇ ਟ੍ਰੇਨਿੰਗਸ ਨੂੰ ਇੰਸਟੀਟਿਊਸ਼ਨਲਾਈਜ਼ ਕਰਤਾ। ਸਾਡਾ ਮੈਜਿਕ ਤਾਂ ਇਹ ਆ ਕਿ ਜਦ ਸਮੇਂ ਦੀ ਸਰਕਾਰ ਕਹਿੰਦੀ ਹੈ ਨਹੀਂ ਕਰ ਸਕਦੇ। ਹੁਣ ਤੁਸੀਂ ਗੱਲ ਸੁਣੀ ਹੈ ਨਾ ਕਿ ਕੀ ਹੋਇਆ, ਵੱਡੇ ਸਾਹਿਬਜ਼ਾਦਿਆਂ ਦੀ ਕ੍ਰਿਮੇਸ਼ਨ ਨਹੀਂ ਪ੍ਰੋਪਰਲੀ ਹੋਣ ਦਿੱਤੀ। ਉਹ ਕੱਲ੍ਹ ਦਾ ਦਿਨ ਵੀ ਇਹੀ ਆ, ਜਦ ਸਤਵੰਤ ਸਿੰਘ ਤੇ ਕੇਹਰ ਸਿੰਘ ਦੀ ਹੈਂਗਿੰਗ ਹੋਈ ਇਲੀਗਲ ਲੈਵਲ ਤੇ, ਆਪਾਂ ਘਬਰਾਉਂਦੇ ਹਾਂ ਰੀਸੈਂਟ ਗੱਲਾਂ ਕਰਨ ਤੋਂ। ਉਹਨਾਂ ਨੇ ਵੀ ਕਿਹਾ ਕਿ ਸਾਡਾ, ਚਲੋ ਉਹਨਾਂ ਦੀ ਸ਼ਰਧਾ ਸੀ, ਲਾਸਟ ਥਿੰਗ ਦੇ ਵਾਂਟਡ ਵਾਸ ਕਿ ਸਾਡੀ ਕ੍ਰਿਮੇਸ਼ਨ ਕੀਰਤਪੁਰ ਸਾਹਿਬ ਹੋਵੇ, ਉਹਨਾਂ ਨੇ ਉਹ ਦਿੱਤੀ ਨਹੀਂ ਤੇ ਹਰਿਦਵਾਰ ਲੈ ਗਏ ਜ਼ਬਰਦਸਤੀ ਚੱਕ ਕੇ। ਅਸੀਂ ਉਹਨਾਂ ਦੀਆਂ ਗੱਲਾਂ ਕਿਉਂ ਨਹੀਂ ਦੇਖ ਰਹੇ? ਵਾਈ ਡਿਡ ਦੇ ਬਿਕਮ, ਜਿਹਨੂੰ ਅਸੀਂ ਕਹਾਂਗੇ ਕਰੇਜੀਅਸ, ਸਾਨੂੰ ਇਹ ਯਾਦ ਆਉਣਾ, ਯਾਦ ਕਰਨ ਦੀ ਲੋੜ ਹੈ ਦੁਬਾਰਾ। ਇਹ 10ਵੇਂ ਪਾਤਸ਼ਾਹ ਨਹੀਂ, ਜਿਹੜਾ ਅੰਮ੍ਰਿਤ ਦੀ ਗੱਲ ਆਈ ਆ, ਖੰਡੇ ਬਾਟੇ ਦੀ ਪਾਹੁਲ, ਜੋ ਮਰਜ਼ੀ ਉਹਨੂੰ ਲਫ਼ਜ਼ ਕਹੋ, ਇਹ 10ਵੇਂ ਪਾਤਸ਼ਾਹ ਦੀ ਟ੍ਰੇਨਿੰਗ ਸੀ ਕਿ 24 ਅਕਤੂਬਰ ਨੂੰ, 1 ਵੀਕ ਬਿਫੋਰ ਦੇ ਡਿਡ ਵਟ ਦੇ ਡਿਡ, ਦੇ ਵੈਂਟ ਇਨ ਟੂ ਅੰਮ੍ਰਿਤ। ਦੇਰ ਆਰ ਥਿੰਗਸ ਵਿਚ ਟ੍ਰਾਂਸਫਾਰਮ ਯੂ। ਅੰਮ੍ਰਿਤ ਇਜ਼ ਜਸਟ ਨੋਟ ਅ ਸੈਰੇਮਨੀ ਜੋ ਅਸੀਂ ਬਣਾ ਛੱਡੀ ਹੈ। ਇਨਫੈਕਟ ਮੇਰੀ ਬੇਨਤੀ, ਤੁਸੀਂ ਮਾਇੰਡ ਨਾ ਕਰਿਓ, ਅੱਜ ਕੱਲ੍ਹ ਜਿਹੜੇ ਅੰਮ੍ਰਿਤ ਛੱਕ ਰਹੇ ਨੇ ਇਹ ਸਿਰੇ ਦੇ ਡਰਪੋਕ ਨੇ, ਘਰ ਬੈਠੇ ਕਹਿੰਦੇ ਸਭ ਕੁਛ ਠੀਕ ਹੋਜੂ। ਦਿਸ ਇਜ਼ ਨੋਟ ਵਟ ਅੰਮ੍ਰਿਤ ਇਜ਼, ਉਹ ਬਹਿਰੂਪੀਆ ਹੈਗਾ ਆਪਣਾ। ਅੰਮ੍ਰਿਤ ਛਕਣ ਦਾ ਇਟਸ ਪ੍ਰਾਈਮਰੀਲੀ ਅ ਪੋਲੀਟੀਕਲ ਸੈਰੇਮਨੀ। ਜੇ ਤੁਸੀਂ ਕੋਈ ਸੋਚੋ ਨਾ ਅੰਮ੍ਰਿਤ ਛੱਕ ਕੇ ਮੈਂ ਅੱਜ ਬਹੁਤ ਸੁਪੀਰੀਅਰ ਸਿੱਖ ਹੋ ਗਿਆ, ਇਹ ਤਾਂ ਅੰਮ੍ਰਿਤ ਨੂੰ ਥੱਲੇ ਕਰਨ ਵਾਲੀ ਗੱਲ ਹੋ ਗਈ। ਉਹ ਤਾਂ ਇੱਕ ਡੈਕਲੇਰੇਸ਼ਨ ਹੁੰਦੀ ਸੀ ਕਿ ਅੱਜ ਤੋਂ ਬਾਅਦ ਆਈ ਆਈਡੈਂਟੀਫਾਈ ਵਿਦ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਅਨੰਦਪੁਰ ਇਜ਼ ਮਾਈ ਵਿਲੇਜ। ਉਹ ਆਈਡੈਂਟੀਫਿਕੇਸ਼ਨ ਹੁੰਦੀ ਸੀ, ਅਸੀਂ ਆਈਡੈਂਟੀਫਿਕੇਸ਼ਨ ਬੰਦ ਕਰਤੀ। ਕੁਐਸਚਨ ਇਹ ਆ ਕਿ ਜਦ ਇੰਨੀਆਂ ਇਨਫੋਰਮੇਸ਼ਨ ਦਾ ਘਸਮਾਣ ਪਿਆ ਹੋਵੇ, ਡਾਊਟਸ ਕ੍ਰੀਏਟ ਕਰ ਦਿੱਤੇ ਹੋਣ, ਮੈਂ ਵੀ ਕੁਛ ਕਰ ਰਿਹਾ, ਪਹਿਲਾਂ ਵੀ ਤੁਸੀਂ ਕਥਾ ਸੁਣੀ, ਇੰਟਰਨੈਟ ਕੁਛ ਹੋਰ ਕਹਿ ਰਿਹਾ, ਨਾਲ ਦੇ ਗੁਰਦੁਆਰੇ GTA ਤੇ ਬੜਾ ਕੁਛ ਹੋਰ ਵੀ ਕਹਿ ਰਹੇ ਨੇ, ਬੜੇ ਕਥਾ ਵਾਚਕ ਆ ਰਹੇ ਨੇ, ਕਿਹਦੀ ਗੱਲ ਮੰਨੀ ਜਾਵੇ? ਦਿਸ ਇਜ਼ ਦਾ ਕੁਐਸਚਨ ਜਿੱਥੇ ਮੈਂ ਗੱਲ ਸ਼ੁਰੂ ਕੀਤੀ ਸੀ। ਇੱਥੇ ਫਿਰ ਸਾਨੂੰ ਇਹ ਦੇਖਣਾ ਪਊ ਕਿ 10ਵੇਂ ਪਾਤਸ਼ਾਹ ਨੂੰ ਮੈਂ ਉਹਦਾ ਇੱਕ ਪਰਸਪੈਕਟਿਵ ਦੇਣਾ ਚਾਹੁੰਦਾ ਕਿ ਕਿਹਨੇ ਸਭ ਤੋਂ ਨੇੜਿਓਂ ਦੇਖਿਆ। ਆਪਾਂ ਸਾਰੇ ਥੋੜੀ ਜਿਹੀ ਪੜੀਆਂ ਗੱਲਾਂ ਕਰ ਰਹੇ ਹਾਂ, ਆਪਾਂ ਕਿਹੜਾ ਵਿਟਨੈਸ ਸੀਗੇ ਉੱਥੇ, ਕੁਛ ਸੁਣੀਆਂ ਗੱਲਾਂ ਨੇ, ਕੁਛ ਸੈਕੰਡਰੀ ਟੈਕਸਟ ਜਿਹੜੇ ਸਾਡੇ ਨੇ ਉਹਦੇ ਵਿੱਚੋਂ ਆ ਰਿਹਾ, ਕੁਛ ਅਸੀਂ ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਹਾਂ ਕਿ ਸੀਨਾ ਮਸੀਨਾ ਜਿਹੜੀਆਂ ਟ੍ਰਾਂਸਫਰਮੇਸ਼ਨ ਹੋਈਆਂ ਗੱਲਾਂ ਉਹ ਦੱਸ ਰਹੇ ਹਾਂ। ਬਟ ਸਭ ਤੋਂ ਮੈਂ ਇਨਫੈਕਟ ਆਪਣੀ ਵਾਈਫ ਨਾਲ ਗੱਲ ਕਰ ਰਿਹਾ ਸੀ ਪਿਛਲੇ ਸਾਲ, ਮੈਂ ਕਿਹਾ 10ਵੇਂ ਪਾਤਸ਼ਾਹ ਦਾ ਫਿਰ ਗੁਰਪੁਰਬ ਆ ਰਿਹਾ, ਤਰੀਕਾਂ ਤਰੁਕਾਂ ਨੂੰ ਆਪਾਂ ਸਾਈਡ ਤੇ ਕਰੀਏ, ਹੂ ਕੇਅਰਸ ਕਿਹੜੀ ਤਰੀਕ ਹੈਗੀ, ਮੇਨ ਥਿੰਗ ਇਸ ਕੀ ਪਰਪਸ ਕੀ ਹੈ। ਮੈਂ ਕਿਹਾ ਹੁਣ 2-3 ਦਿਨ ਮੈਂ ਨਾ ਬੈਠ ਕੇ ਪੜ੍ਹਨਾ ਹੈਗਾ ਭਾਈ ਨੰਦ ਲਾਲ ਨੂੰ, ਕਿਉਂਕਿ ਉਹ ਉਹਨਾਂ ਦੇ ਡਿਵਾਈਨ ਲਵਰ ਵੀ ਨੇ, ਉਹ ਆਈ ਵਿਟਨੈਸ ਵੀ ਨੇ, ਉਹ ਮੁਗਲਾਂ ਦੀ ਨੌਕਰੀ ਛੱਡ ਕੇ ਇੱਥੇ ਨੌਕਰੀ ਕਰਨ ਵੀ ਆਏ ਨੇ, ਉਹਨਾਂ ਨੇ ਬੜਾ ਕੁਛ ਨਜ਼ਦੀਕੀਓਂ ਦੇਖਿਆ ਕਿ ਉਹ ਪਰਸਪੈਕਟਿਵ ਅਸੀਂ ਕਿਉਂ ਨਹੀਂ ਪ੍ਰੈਜੈਂਟ ਕਰਦੇ।
सुनी ना एक अद्धा फुटनोट मेरे वर्गा कोई थोड़ा एक अद्धा फारसी दा शेर याद करके सुना दिंदा आपां कहिंदा जी बड़ी नॉलेज है। वी नीड अ प्रॉपर परस्पेक्टिव ऑन गुरु गोबिंद सिंह महाराज। जे वो वाकई परफेक्शन आ जिहड़ा असीं मंनदे आ फिर दे लैवल ते भाई नंद लाल गोया दे होणा दी जिहड़े शब्दावली आ मैं तां कहांगा जिहड़ी उहनां दे पंजाबी दी आ ते फारसी दी ते इक विच थोड़ी अरबी आ ਉਹ ਸਾਡੇ ਸਾਹਮਣੇ ਪੰਜ ਮੇਨ ਚੀਜ਼ਾਂ ਲਿਆ ਕੇ ਰੱਖ ਰਹੇ ਨੇ ਉਹ ਮੈਂ ਅੱਜ ਗੱਲ ਸ਼ੇਅਰ ਕਰਨੀ ਚਾਹਾਂਗਾ ਥੋੜ੍ਹੀ ਜੀ। ਪਹਿਲੀ ਗੱਲ ਉਹ ਸਾਨੂੰ ਦੱਸ ਰਹੇ ਨੇ ਤੁਹਾਨੂੰ ਕਈ ਗੱਲਾਂ ਪਤਾ ਵੀ ਨੇ ਵਾਈ ਇਜ਼ ਹੀ ਇੰਪੋਰਟੈਂਟ। ਮੈਂ ਇਸ ਕਰਕੇ ਉਹਨਾਂ ਦੀ ਇੰਪੋਰਟੈਂਸ ਇਸ ਕਰਕੇ ਦੇ ਰਿਹਾ ਇੱਕ ਤਾਂ ਉਹ ਸੈਕੰਡਰੀ ਟੈਕਸਟ ਹੈਗਾ ਰਹਿਤ ਮਰਿਆਦਾ ਦੇ ਮੁਤਾਬਕ ਪ੍ਰਮਾਣਿਤ ਹੈਗਾ। ਭਾਈ ਨੰਦ ਲਾਲ ਨੇ ਬੜਾ ਨੇੜਿਓਂ ਦੇਖਿਆ ਉਹਨਾਂ ਨੂੰ ਉਹਦੇ ਵਿੱਚ ਰਹਿਤ ਦੀ ਵੀ ਗੱਲ ਹੈਗੀ ਉਹਦੇ ਵਿੱਚ ਹਿਸਟੋਰੀਕਲ ਅਕਾਊਂਟ ਵੀ ਨੇ ਬਟ ਵੱਡੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਪਾਤਸ਼ਾਹ ਨੂੰ ਕਿਹੜੇ ਲੈਵਲ ਤੇ ਜਾ ਕੇ ਦੇਖਣਾ। ਡੋਂਟ ਰਿਡਿਊਸ ਗੁਰੂ ਟੂ ਜਸਟ ਅ ਰੈਵੋਲੂਸ਼ਨਰੀ ਔਰ ਜਸਟ ਅ ਪੋਇਟ। ਦੁਨੀਆ ਵਿੱਚ ਬੜੇ ਰੈਵੋਲੂਸ਼ਨਰੀ ਨੇ ਮੈਲਕਮ ਐਮ ਵੀ ਆਇਆ ਮੈਲਕਮ ਐਕਸ ਵੀ ਆਇਆ ਬਟ ਗੁਰੂ ਗੋਬਿੰਦ ਪਾਤਸ਼ਾਹ ਕਿਤੇ ਹੋਰ ਨੇ। ਸੋਸ਼ਲ ਸਮਾਜ ਸੁਧਾਰਕ ਵੀ ਬੜੇ ਆਏ ਨੇ ਹਿੰਦੁਸਤਾਨ ਦੀ ਧਰਤੀ ਤੇ ਆਏ ਇੱਥੇ ਵੀ ਆਏ ਨੇ ਬਟ ਗੁਰੂ ਕੁਛ ਹੋਰ ਆ ਗੁਰੂ ਪਰਫੈਕਸ਼ਨ ਹੈ ਉੱਥੋਂ ਮੈਂ ਗੱਲ ਲੈ ਕੇ ਆ ਰਿਹਾ। ਸੋ ਵਨ ਆਫ ਦ ਰੀਜ਼ਨ ਭਾਈ ਨੰਦ ਲਾਲ ਇਜ਼ ਇੰਪੋਰਟੈਂਟ ਇਜ਼ ਕਿਉਂਕਿ ਉਹਨਾਂ ਦੀ ਜਿਹੜੀ ਸ਼ਬਦਾਵਲੀ ਆ ਉਹਨਾਂ ਨੇ ਜਿਸ ਤਰੀਕੇ ਨਾਲ ਪੇਸ਼ ਕੀਤਾ ਹੈਗਾ ਉਹਦੇ ਵਿੱਚ ਹਾਇਰ ਲੈਵਲ ਦੀ ਵਿਜ਼ਿਬਿਲਿਟੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਿੱਧੀਆਂ ਸਿੱਧੀਆਂ ਗੱਲਾਂ ਸਾਰੀਆਂ ਨਹੀਂ ਹੈਗੀਆਂ ਕਿਉਂਕਿ ਸਿੱਧੀਆਂ ਸਿੱਧੀਆਂ ਗੱਲਾਂ ਜਿਹੜੀ ਗੁਰੂ ਦੀ ਲਾਈਫ ਵਿੱਚ ਆ ਤੁਹਾਡੇ ਤੇ ਮੇਰੇ ਲੈਵਲ ਦੇ ਵਾਂਗੂ ਉਹ ਵਿਚਰ ਨਹੀਂ ਰਹੇ। ਦੇ ਆਰ ਡੀਲਿੰਗ ਵਿਦ ਐਵਰੀਥਿੰਗ। ਉਹਨਾਂ ਦੇ ਰਿਸ਼ਤੇਦਾਰ ਵੀ ਮਾੜੇ ਨੇ ਕਈ ਜਿਵੇਂ ਸਾਡੇ ਨੇ ਉਹਨਾਂ ਨੂੰ ਵੀ ਪੋਲੀਟੀਕਲ ਅਸੈਸੀਨੇਸ਼ਨ ਅਟੈਂਪਟ ਹੋ ਰਹੀਆਂ ਨੇ ਉਹਨਾਂ ਨੂੰ ਵੀ ਜਿਹੜੇ ਸਮੇਂ ਦੀ ਹਕੂਮਤ ਹੈ ਉਹਨਾਂ ਨਾਲ ਵੀ ਡੀਲ ਕਰ ਰਹੇ ਨੇ ਬਟ ਐਟ ਦ ਸੇਮ ਟਾਈਮ ਆਪਣੀ ਸਟਰੈਂਥ ਕਾਇਮ ਰੱਖੀ ਹੋਈ ਆ ਆਪਣੀ ਜਿਹੜੀ ਫੌਜ ਤਿਆਰ ਕੀਤੀ ਜਾ ਰਹੀ ਹੈ ਇਕਨੋਮਿਕ ਸੈਂਟਰ ਤਿਆਰ ਕੀਤੇ ਜਾ ਰਹੇ ਨੇ ਸਾਡੇ ਕੋਲੋਂ ਤਾਂ ਗੁਰਦੁਆਰਾ ਚੱਜਦਾ ਨਹੀਂ ਬਣ ਪਾਉਂਦਾ। ਇਹਦਾ ਮਤਲਬ ਗੁਰੂ ਦੀ ਲਾਈਫ ਉਹਦੀ ਦਿਸ਼ਾ ਗਤੀ ਬਹੁਤ ਡਿਫਰੈਂਟ ਹੈ ਉਹਦਾ ਨਜ਼ਰੀਆ ਹੀ ਟੋਟਲੀ ਡਿਫਰੈਂਟ ਹੈ ਉਹ ਦ੍ਰਿਸ਼ਟੀਕੋਣ ਸਾਨੂੰ ਡਿਵੈਲਪ ਕਰਨਾ ਪੈਣਾ। ਉਹਦੇ ਵਿੱਚ ਪਹਿਲੀ ਗੱਲ ਸਾਰੀ ਜੀ ਲੈ ਕੇ ਚੱਲੀਏ ਕਿ ਜਿਹੜਾ ਅਸੀਂ ਬਣਾ ਲਿਆ ਨਾ ਆਪਣੇ ਆਪਣੇ ਫੇਵਰੇਟ ਗੁਰੂਜ਼ ਬਣਾ ਲੈਂਦੇ ਇਹ ਤੋਂ ਸਾਨੂੰ ਬਾਹਰ ਆਉਣਾ ਪੈਣਾ। ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਕਿ ਜੋਤ ਉਹਾ ਜੁਗਤ ਸਾਹਿਬ ਸਹਿਕ ਆਇਆ ਫਿਰ ਪਲਟੀ ਹੈ ਮਤਲਬ ਗੁਰੂ ਦੀ ਸਿਰਫ ਬਾਡੀ ਚੇਂਜ ਹੋਈ ਆ ਜਿਹੜੀ ਵਿਜ਼ਡਮ ਸੀ ਜੋਤ ਉਹ ਐਗਜੈਕਟਲੀ ਸੇਮ ਹੈ ਸਾਰੇ ਗੁਰੂਆਂ ਵਿੱਚ ਤੇ ਜਿਹੜੀ ਜੁਗਤ ਆ ਮੈਥਡੋਲੋਜੀ ਜਿਹੜਾ ਮਿਸ਼ਨ ਆ ਉਹ ਵੀ ਐਗਜੈਕਟਲੀ ਸੇਮ ਆ। ਇਹੀ ਗੱਲ ਭਾਈ ਨੰਦ ਲਾਲ ਸਾਨੂੰ ਦੱਸ ਰਹੇ ਨੇ ਜਦੋਂ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਤੇ ਦਸਵੇਂ ਪਾਤਸ਼ਾਹ ਵਿੱਚ ਕੋਈ ਫਰਕ ਨਹੀਂ। ਇਹ ਲੈ ਕੇ ਚੱਲੋ ਅਦਰਵਾਈਜ਼ ਅਸੀਂ ਉਹ ਡਾਇਕੋਟਮੀ ਕ੍ਰੀਏਟ ਕਰ ਲੈਂਦੇ ਹਾਂ ਜਿਵੇਂ ਅਰਲੀਅਰ ਵੀ ਥੋੜ੍ਹੀ ਜਿਹੀ ਗੱਲ ਹੋਈ ਸੀ ਤੁਹਾਨੂੰ ਪਤਾ ਹੈਗਾ ਅਸੀਂ ਆਪਣੇ ਆਪਣੇ ਗੁਰੂ ਬਣਾਏ ਹੋਏ ਨੇ ਫੇਵਰੇਟ ਉਹ ਜਿਹਨਾਂ ਦਿੱਲੀ ਵਾਲਿਆਂ ਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਤੇ 3HO ਵਾਲਿਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਬਣਾ ਲਿਆ ਖਾੜਕੂਆਂ ਨੂੰ ਦਸਵੇਂ ਪਾਤਸ਼ਾਹ ਤੇ ਜਿਹੜੇ ਸਿੰਧੀ ਭਾਈ ਨੇ ਤੇ ਪੈਸੇਫਿਸਟ ਨੇ ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ। ਇਹ ਬਗੈਰ ਸਮਝੇ ਬਣਾਏ ਨੇ ਇਹ ਮਨ ਘੜਤ ਜਿਹੜੇ ਚਿੱਤਰ ਨੇ ਸਾਡੇ ਇਮੈਜਨਰੀ ਚੀਜ਼ਾਂ ਨੇ ਉਹਨਾਂ ਨੂੰ ਦੇਖ ਕੇ ਬਣਾਏ ਨੇ ਇਹ ਸਟੇਰੀਓਟਾਈਪਸ ਨੂੰ ਦੇਖ ਕੇ ਬਣਾਏ ਨੇ। ਇਹ ਗੁਰੂ ਦੀ ਜਿਹੜੀ ਵਿਸ਼ਾਲਤਾ ਹੈਗੀ ਉਹਦੇ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ। ਭਾਈ ਨੰਦ ਲਾਲ ਜੀ ਬੜੇ ਡਿਟੇਲ ਦੇ ਵਿੱਚ ਇਹਦੇ ਬਾਰੇ ਗੱਲ ਦੱਸ ਰਹੇ ਨੇ ਕਹਿੰਦੇ ਗੁਰੂ ਨਾਨਕ ਸਾਹਿਬ ਤੇ ਦਸਵੇਂ ਪਾਤਸ਼ਾਹ ਵਿੱਚ ਕੋਈ ਫਰਕ ਨਹੀਂ ਆ ਸਿਰਫ ਬਾਡੀ ਦਾ ਡਿਫਰੈਂਸ ਆ। ਸੋ ਜੇ ਗੁਰੂ ਨਾਨਕ ਸਾਹਿਬ ਇਨਵਾਈਟ ਕਰ ਰਹੇ ਨੇ ਟੂ ਯੂ ਟੂ ਪਲੇਮ ਦਾ ਗੇਮ ਆਫ ਲਵ ਗੁਰੂ ਗੋਬਿੰਦ ਪਾਤਸ਼ਾਹ ਇਜ਼ ਇੰਪਲੀਮੈਂਟਿੰਗ ਦੈਟ ਗੇਮ ਤੇ ਇਹ ਗੱਲ ਖਿਆਲ ਰੱਖਿਓ ਅਸੀਂ ਅੱਜ ਕੀ ਕਰ ਰਹੇ ਹਾਂ ਉਸ ਗੇਮ ਦਾ ਅਸੀਂ ਉਸ ਗੇਮ ਨੂੰ ਸਪੈਕਟੇਟਰ ਸਪੋਰਟ ਬਣਾ ਦਿੱਤਾ। ਜਿਹੜਾ ਉਹਦਾ ਵਿਸ਼ਲੇਸ਼ਣ ਕਰ ਰਹੇ ਹਾਂ ਉਹਦੀ ਬਹੁਤ ਗੱਲਾਂ ਸੁਣਦੇ ਹਾਂ ਅਸੀਂ ਯੂਟਿਊਬ ਤੇ ਬੜੇ ਮਜ਼ੇ ਲੈਂਦੇ ਹਾਂ ਨਾ ਬੈਠੇ। ਜਿਹੜਾ ਉਸ ਗੇਮ ਦੇ ਬਾਰੇ ਕਿੰਤੂ ਪਰੰਤੂ ਕਰ ਰਿਹਾ ਉਹਦੇ ਵੱਲ ਬਹੁਤ ਤਵੱਜੋ ਦਿੱਤੀ ਜਾ ਰਹੀ ਹੈ। ਜਸਟ ਕੀਪ ਇਨ ਮਾਈਂਡ ਗੁਰੂ ਓਨਲੀ ਇਨਵਾਈਟਸ ਅਸ ਨਾਟ ਟੂ ਵਾਚ ਦਾ ਗੇਮ ਨਾਟ ਟੂ ਐਨਾਲਾਈਜ਼ ਦਾ ਗੇਮ ਹੀ ਸੇਜ਼ ਕਮ ਔਨ ਡਾਊਨ ਇਫ ਯੂ ਵਾਂਟ ਟੂ ਪਲੇ ਦਾ ਗੇਮ ਸੋ ਫਿਗਰ ਆਊਟ ਹਾਊ ਟੂ ਪਲੇ ਦਾ ਗੇਮ ਐਂਡ ਡੋਂਟ ਪੇ ਅਟੈਂਸ਼ਨ ਟੂ ਦੋਜ਼ ਹੂ ਆਰ ਜਸਟ ਗਿਵਿੰਗ ਕਮੈਂਟਰੀ ਔਨ ਦਾ ਗੇਮ। ਇਹ ਤਾਂ ਕਮੈਂਟਰੀ ਦੇਣ ਵਾਲੇ ਸਾਰੇ ਤਿਆਰ ਬੈਠੇ ਨੇ। ਦਿਸ ਇਜ਼ ਭਾਈ ਨੰਦ ਲਾਲ ਪ੍ਰੈਜੈਂਟਿੰਗ ਟੂ ਅਸ ਲਰਨ ਹਾਊ ਟੂ ਪਲੇ ਦਾ ਗੇਮ ਡੋਂਟ ਵਰੀ ਅਬਾਊਟ ਦਾ ਕਮੈਂਟਰੀ ਔਨ ਦਾ ਗੇਮ। ਦੂਸਰੀ ਗੱਲ ਜਿਹੜੀ ਭਾਈ ਨੰਦ ਲਾਲ ਹੋਣੀ ਬੜੇ ਵਧੀਆ ਲੈਵਲ ਤੇ ਪੇਸ਼ ਕਰ ਰਹੇ ਨੇ ਅਸੀਂ ਨਾ ਕੰਪੇਅਰ ਕਰਦੇ ਹਾਂ ਗੁਰੂਆਂ ਨੂੰ ਹੋਰ ਧਰਮਾਂ ਦੇ ਪੀਰ ਪੈਗੰਬਰਾਂ ਦੇ ਪ੍ਰੋਫਿਟਸ ਦੇ ਨਾਲ ਐਂਡ ਹੀ ਸੇਜ਼ ਕਿ ਜਿਹੜੇ ਵੀ ਆਰੀਆ ਧਰਮਾਂ ਨੇ ਤੇ ਸੰਮੀ ਧਰਮਾਂ ਨੇ ਪੈਗੰਬਰ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸਮੈਟਿਕ ਟ੍ਰੈਡੀਸ਼ਨ ਜਿਹੜੇ ਇਸਲਾਮ ਜੂਡੀਜ਼ਮ ਤੇ ਕ੍ਰਿਸਚੈਨਿਟੀ ਜਿਹਦੇ ਚੱਲ ਜਾਂਦੀ ਆ ਤੇ ਹਿੰਦੁਸਤਾਨੀ ਟ੍ਰੈਡੀਸ਼ਨ ਦੇ ਵਿੱਚ ਜਿਹੜੇ ਆਇਰਨ ਟ੍ਰੈਡੀਸ਼ਨ ਕਹਿ ਦਿੰਦੇ ਆ ਜਿਹਦੇ ਵਿੱਚ ਆਮ ਜਿਹਨੂੰ ਅਸੀਂ ਹਿੰਦੂਇਜ਼ਮ ਕਿਹਾ ਜਾਂਦਾ ਬਟ ਉਸ ਤੋਂ ਇਲਾਵਾ ਜੈਨਿਜ਼ਮ ਬੁੱਧਿਜ਼ਮ ਹੋਰ ਕਈ ਟ੍ਰਾਈਬਲ ਰਿਲੀਜਨ ਵੀ ਉਹ ਚੱਲ ਜਾਂਦੇ ਨੇ। ਭਾਈ ਨੰਦ ਲਾਲ ਹੁਣੇ ਬੜੀ ਡਿਟੇਲ ਵਿੱਚ ਸਾਨੂੰ ਦੱਸ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਇਜ਼ ਬਿਯੋਂਡ ਦੈਮ ਵਾਈ ਇਜ਼ ਹੀ ਬਿਯੋਂਡ ਦੈਮ। ਕਹਿੰਦੇ ਉਹ ਆਪਣੇ ਆਪ ਵਿੱਚ ਕੰਪਲੀਟ ਹੋ ਸਕਦੇ ਨੇ ਜਿਹੜੇ ਆਏ ਨੇ ਉਹਨਾਂ ਤੋਂ ਪਹਿਲਾਂ ਬਟ ਉਹ ਰੀਜਨਲ ਲੈਵਲ ਦੀ ਰਿਐਲਿਟੀ ਨਾਲ ਡੀਲ ਕਰ ਰਹੇ ਨੇ ਉਹ ਪਰਸਨਲ ਰਿਐਲਿਟੀਜ਼ ਨਾਲ ਡੀਲ ਕਰ ਰਹੇ ਨੇ ਉਹ ਅਜੇ ਆਪਣੀਆਂ ਲੋੜਾਂ ਨੂੰ
ठीक है जो हिंदुस्तानी अवतारवाद इस तो सही ही सी पर जो ईवन सेमेटिक ट्रेडिशन भी आए हैं वह भी रीजनल रियलिटीज डील कर रहे हैं वह बर्दो आलम शाह नहीं बन पा रहे वह बेकसारा यार अजे नहीं बन पा रहे हैं ये गल्लां सानू सोचनियां पैणगियां कि असी जब गल करते हैं गुरु ग्रंथ साहब भी क्योंकि इदा ही आया जब उत्थे गल आउंदी है कि असी कहिंदे कि अजकल मैडिटेशन बड़ी की जा रही है मैडिटेशन भी एक फैशन बन गया हर बंदा जो मर्जी करी जाए कहिंदा असी मैडिटेशन करते हैं जी उत्थे दस्सिया गुरु ग्रंथ साहब कि सब तो वड्डी कॉन्सनट्रेशन शिव की मनी जाती है ना कहिंदे लखां शिव इकट्ठे हो जाण तां वी ओह गुरु तो छोटा मतलब गुरु साहब नूं कंपेयर ना करो इस तरह के अवतारवाद के नाल ते पैगंबरां दे नाल बिकॉज पैगंबरां दे अपनी हदीसां विच भी लिखा होया दे मेड मिस्टेक्स ते गुरबाणी विच आया गुरु डज नॉट मेक मिस्टेक बहुत डिफरेंट लैवल हैगा गुरु का इसे करके असी गुरु लफ्ज नूं बड़ा एक्सक्लूसिवली यूज करते हैं दसा गुरुआं दे दसा जिहड़े फिजिकल गुरुज ने उन्हां प्रति ते गुरु ग्रंथ साहिब प्रति ते खालसे पंथ दे प्रति दैट्स इट बाकी होर जिहड़े साडे बने ने जिदों असीं कहिंदे हां कि होर फिरके बन गए ने सिखां ने भी वह सतगुरु लफ्ज ही वरते जाते हैं बड़ी हसों इन गलों ने यूनीवर्सिटी का ना गुरु नानक देव यूनीवर्सिटी तो उत्थे चेयर का ना सतगुरु जगजीत सिंह देखो की हो रहा यह खेलिया जा रहा साडे नाल गुरु लफ्ज नूं बिगाड़िया जा रहा सिखां दे विच साडे लई दसवां पातशाह इज बियॉन्ड द प्रॉफिट्स ऑफ द वर्ल्ड दिस इज एग्जैक्टली इन लाइन विद गुरु ग्रंथ साहब के पाई लंद नाल उन्होंने बड़े डिटेल एग्जाम्पल दिते ने अपनी कंपोजिशन दे विच अपनी बाणियों दे विच कि किवें दसवें पातशाह डिफरेंट ने बट वन एग्जाम्पल आई जस्ट गेव वॉज डू नॉट रिड्यूस दैम टू अर्थली प्रॉफिट्स क्योंकि गुरु सिर्फ इस दुनिया के नाल नहीं जुड़िया होया वो दुनिया तो गहां दीआं गल्लां भी कर रहा इस दुनिया की उस दुनिया की और यू कैन से पोलिटिकल गल्लां भी कर रहा स्पिरिचुअल गल्लां भी कर रहे हैं थर्ड थिंग वी नीड टू लुक एट इज कि गुरबाणी ते दसवें पातशाह विच कोई फर्क नहीं ਇਹ ਜਿਹੜਾ ਅਸੀਂ ਬਣਾ ਲਿਆ ਨਾ ਆਪਣੇ ਆਪਣੇ ਮਿਆਰ ਬਣਾ ਲੈਂਦੇ ਹਾਂ ਕਈ ਵਾਰ ਸਾਡੀਆਂ ਹੈ ਤਾਂ ਪਿਪਲੀ ਜੀਆਂ ਸੁਰਤਾਂ ਕਈ ਵਾਰ ਅਸੀਂ ਕਹਿੰਦੇ ਨਾ ਮੱਥਾ ਟੇਕਣ ਵੇਲੇ ਵੀ ਯਾਰ ਗੁਰੂ ਸਾਡੇ ਤੋਂ ਤਰੁੱਠਦਾ ਨਹੀਂ ਗੁਰੂ ਕਿੱਥੋਂ ਤਰੁੱਠੇ ਛੋਟੀ ਜੀ ਸਾਡੀ ਅਕਲ ਹੁੰਦੀ ਹੈ ਅਸੀਂ ਉਹਦੇ ਮੁਤਾਬਿਕ ਹੀ ਗੁਰੂ ਨੂੰ ਪ੍ਰਜੈਂਟ ਕਰੀ ਜਾਂਦੇ ਹਾਂ ਗੁਰਬਾਣੀ ਦਸਮ ਪਾਤਸ਼ਾਹ ਅਭੇਦ ਨੇ ਭਾਈ ਨੰਦ ਲਾਲ ਉਹਨਾਂ ਨੇ ਕਿਉਂਕਿ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ ਉਹਨਾਂ ਨੇ ਲਫ਼ਜ਼ ਗੁਰਬਾਣੀ ਵਰਤੇ ਨੇ ਤੇ ਉੱਥੇ ਉਹ ਦੱਸ ਰਹੇ ਨੇ ਦੇਰ ਇਜ਼ ਐਬਸੋਲੂਟਲੀ ਨੋ ਡਿਫਰੈਂਸ ਬਿਟਵੀਨ ਗੁਰੂ ਗ੍ਰੰਥ ਸਾਹਿਬ ਵਾਟ ਇਜ਼ ਇਨ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਵਿੱਚ ਤੇ ਦਸਵੇਂ ਪਾਤਸ਼ਾਹ ਵਿੱਚ ਕਿਉਂ ਇਨਫੈਕਟ ਉਹ ਦੇਖਣ ਵਾਲੀਆਂ ਜਿਹੜੀਆਂ ਲਾਈਨਾਂ ਨੇ ਲਿਖੀਆਂ ਉਹਨਾਂ ਵਿੱਚ ਕਈ ਐਗਜ਼ਾਮਪਲਸ ਇਹ ਆ ਰਹੇ ਨੇ ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹੀ ਗੁਰੂ ਗੋਬਿੰਦ ਪਾਤਸ਼ਾਹ ਅੱਗੇ ਕਰ ਰਹੇ ਨੇ ਉਹ ਮਿਸ਼ਨ ਵਿੱਚ ਲੈ ਕੇ ਆ ਰਹੇ ਨੇ ਜੋ ਪਰਫੈਕਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਆ ਗੁਰਬਾਣੀ ਵਿੱਚ ਆ ਉਹੀ ਪਰਫੈਕਸ਼ਨ ਦਸਵੇਂ ਪਾਤਸ਼ਾਹ ਦੇ ਵਿੱਚ ਹੈ ਸੋ ਅਸੀਂ ਜਿਹੜਾ ਬਣਾ ਲਿਆ ਨਾ ਕਿ ਆਪਣੇ ਮੁਤਾਬਕ ਕਿ ਕਿਉਂ ਐਡ ਕੀਤਾ ਕਿਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਫਿਰ ਅਸੀਂ ਉਹ ਨਾ ਛੋਟੀਆਂ ਗੱਲਾਂ ਨੇ ਫਿਰ ਬਾਕੀ ਗੁਰੂਆਂ ਦਾ ਕੀ ਕਰੋਗੇ ਚਾਰ ਗੁਰੂਆਂ ਦੀ ਨਹੀਂ ਉਹਦੇ 'ਚ ਬਾਣੀ ਜ਼ਰੂਰੀ ਨਹੀਂ ਹੈ ਕਿ ਹਰੇਕ ਗੁਰੂ ਨੇ ਬਾਣੀ ਵੀ ਦਿੱਤੀ ਹੋਵੇ ਜੇ ਉਹ ਕ੍ਰਾਈਟੀਰੀਆ ਹੋਊਗਾ ਤਾਂ ਬਾਕੀ ਭਗਤਾਂ ਨੂੰ ਵੀ ਫਿਰ ਗੁਰੂ ਬਣਾਓਗੇ ਕਹਿਣ ਦਾ ਭਾਵ ਇਹ ਆ ਸਟੌਪ ਡਿਫਰੈਂਸ਼ੀਏਟਿੰਗ ਬਿਟਵੀਨ ਦ ਗੁਰੂ ਐਂਡ ਗੁਰਬਾਣੀ ਕਿਉਂਕਿ ਉੱਥੇ ਜਦ ਗੁਰਬਾਣੀ ਤੇ ਗੁਰੂ ਇਜ਼ ਐਗਜੈਕਟਲੀ ਸੇਮ ਕੋਈ ਫਰਕ ਨਹੀਂ ਹੈ ਸ਼ਬਦ ਦੇ ਵਿੱਚ ਗੁਰੂ ਗੋਬਿੰਦ ਪਾਤਸ਼ਾਹ ਨੇ ਉਸ ਸ਼ਬਦ ਨੂੰ ਇੰਟਰਪ੍ਰੇਟ ਕੀਤਾ ਉਸ ਇੰਟਰਪ੍ਰੀਟੇਸ਼ਨ ਨੂੰ ਅਸੀਂ ਹਿਸਟਰੀ ਦੇ ਲੈਵਲ ਤੇ ਦੇਖ ਰਹੇ ਹਾਂ ਅੱਜ ਗੱਲਾਂ ਵੀ ਸੁਣੀਆਂ ਹੁੰਦੀਆਂ ਤੁਹਾਡੀਆਂ ਸਟੌਪ ਡਿਫਰੈਂਸ਼ੀਏਟਿੰਗ ਬਿਟਵੀਨ ਗੁਰੂ ਗ੍ਰੰਥ ਸਾਹਿਬ ਐਂਡ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਤੀਸਰੀ ਗੱਲ ਸੀ ਤੇ ਚੌਥੀ ਗੱਲ ਹੈਗੀ ਕਿ ਜੇ ਕਿਸੇ ਨੇ ਇਖਲਾਕ ਦੇਖਣਾ ਜੇ ਦਸਵੇਂ ਪਾਤਸ਼ਾਹ ਨੂੰ ਆਪਾਂ ਫਿਜ਼ੀਕਲ ਲੈਵਲ ਤੇ ਅੱਜ ਕੱਲ੍ਹ ਸੁਣਨ ਨੂੰ ਮੈਨੂੰ ਵੀ ਬੜੀ ਥਾਵਾਂ ਤੇ ਮਿਲਦਾ ਫਿਜ਼ੀਕਲ ਗੁਰੂ ਦੀ ਲੋੜ ਆ ਜੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਕੁਛ ਤਾਂ ਚਾਹੀਦਾ ਹੁੰਦਾ ਤੇ ਦਸਵੇਂ ਪਾਤਸ਼ਾਹ ਨੂੰ ਜੇ ਤੁਸੀਂ ਦੇਖਣਾ ਹੈਗਾ ਯੂ ਹੈਵ ਟੂ ਸੀ ਹਿਜ਼ ਐਥਿਕਸ ਹਿਜ਼ ਮੋਰੈਲਿਟੀ ਇਨ ਦਾ ਖਾਲਸਾ ਖਾਲਸਾ ਇਜ਼ ਦੇਖੋ ਆਪਾਂ ਖਾਲਸੇ ਦੀ ਗੱਲ ਬਹੁਤ ਘੱਟ ਕਰਦੇ ਹਾਂ ਜੇ ਕਰਦੇ ਵੀ ਹਾਂ ਵਿਸਾਖੀ ਵੇਲੇ ਕਰ ਲਈਦੀ ਆ ਤੇ ਖਾਲਸੇ ਨੂੰ ਅਸੀਂ ਕਈ ਤਾਂ ਅਸੀਂ ਕੀ ਗੱਲ ਕਰਾਂ ਆਪਣਾ ਲੈਸ ਦੇ ਵੀ ਬਣਾ ਲੈਂਦੇ ਹਾਂ ਖਾਲਸਾ ਇਜ਼ ਨਾਟ ਐਨ ਇੰਡੀਵਿਜੁਅਲ ਖਾਲਸਾ ਇੱਕ ਸਮੂਹ ਆ ਖਾਲਸਾ ਇੱਕ ਕਲੈਕਟਿਵ ਹੈਗਾ ਅਸੀਂ ਇਮਪਰਫੈਕਟ ਹੋ ਸਕਦੇ ਹਾਂ ਬਟ ਜਿਹੜੇ ਕਲੈਕਟਿਵ ਵਿੱਚ ਆ ਗਏ ਹਾਂ ਕਲੈਕਟਿਵ ਪਰਫੈਕਸ਼ਨ ਇਹੀ ਸਾਨੂੰ ਦੱਸਿਆ ਗਿਆ ਸੀਗਾ ਤੇ ਸਾਨੂੰ ਤੁਹਾਨੂੰ ਪਤਾ ਹਿਸਟੋਰੀਕਲੀ ਸੈਕੰਡਰੀ ਟੈਕਸਟ ਵਿੱਚ ਵੀ ਬੜੀ ਥਾਵਾਂ ਤੇ ਆਉਂਦਾ ਸੁਣਿਆ ਵੀ ਹੋਣਾ ਤੁਸੀਂ ਕਿ ਦਸਵੇਂ ਪਾਤਸ਼ਾਹ ਕਹਿੰਦੇ ਸੀ ਕਿ ਮੈਨੂੰ ਇਹਨਾਂ ਵਿੱਚ ਦੇਖੋ ਸਾਡੇ ਦੋਹਰੇ ਚੇਂਜ ਕਰ ਦਿੱਤੇ ਗਏ ਨੇ ਜਿਹੜਾ ਭਾਈ ਪ੍ਰਹਿਲਾਦ ਸਿੰਘ ਦਾ ਲਿਖਿਆ ਹੋਇਆ 1708 ਦਾ ਉਹ ਅਸੀਂ ਦੁਹਰਾਉਣਾ ਹੀ ਬੰਦ ਕਰਤਾ ਜਿਹਦੇ ਵਿੱਚ ਕਿਹਾ ਬੜਾ ਕਲੀਅਰਲੀ ਸੈਕਿੰਡ ਦੌਰਾ ਜਿਹੜਾ ਅਸੀਂ ਪੜ੍ਹਦੇ ਹਾਂ ਅਰਦਾਸ ਤੇ ਬਾਅਦ ਇਸ ਵੇਲੇ ਉਹ ਲਿਖਿਆ 1860s ਦਾ ਗਿਆਨੀ ਗਿਆਨ ਸਿੰਘ ਨੇ ਉਸ ਤੋਂ ਪਹਿਲਾਂ ਭਾਈ ਪ੍ਰਹਿਲਾਦ ਸਿੰਘ ਦਾ ਹੈਗਾ ਕਿ ਜਦ ਤੁਸੀਂ ਮੈਨੂੰ ਦੇਖਣਾ ਉਹਦੀ ਇੰਟਰਪ੍ਰੀਟੇਸ਼ਨ ਮੈਂ ਕਰਦਾ ਤਾਂ ਮੈਨੂੰ ਖਾਲਸੇ ਦੇ ਵਿੱਚ ਦੇਖੋ ਅਸੀਂ ਬਣਾਤਾ ਪ੍ਰਗਟ ਗੁਰੂ ਕੀ ਦੇਹ ਗੁਰੂ ਗ੍ਰੰਥ ਸਾਹਿਬ ਨੂੰ ਜੇ ਅਸੀਂ ਉਹਨੂੰ ਦੇਹ ਬਣਾਤਾ ਫਿਰ ਕੀ ਕਰਦੇ ਹਾਂ ਉੱਥੇ ਪਾਣੀ ਵੀ ਰੱਖਦੇ ਹਾਂ ਏਅਰ ਕੰਡੀਸ਼ਨਰ ਵੀ ਰੱਖਦੇ ਹਾਂ ਰਜਾਈ ਵੀ ਰੱਖਦੇ ਹਾਂ ਦੇਹ ਬਣਾਤਾ ਨਾ ਫਿਰ ਸਾਡੇ ਸਾਰੇ ਹੋਰ ਮਸਲੇ ਖੜੇ ਹੋ ਗਏ
जेडे क्लीयरली गुरु ग्रंथ साहब की गल करते हुए सिख रहत मर्यादा दस्या की नहीं करना, बट बिकॉज असी बनाता देह यह बहुत वड्डी प्रॉब्लम खड़ी हो गई है। उत्थे लिखिया गुरु खालसा मानिया प्रकट गुरु की देह, जो सिख मोह मिलबे च हैं खोज इन्हू मैले। कि जिहड़ी आपां कहिंदे आ ना शरीर ग्रंथ विच, आत्मा ग्रंथ विच, शरीर पंथ विच, बट दोहरे विच असीं गलत पढ़ रहे हैं। असली दौरा हैगा, पुरातन दौरा हैगा गुरु गोबिंद सिंह महाराज के कंटैंपरेरी का दौरा, कि जिहड़ा मैनू देखना चाहुंदा वह मैनू खालसे दे विच लब्भे। भाव इत्थे सानू फिर खालसे नू समझना पैना की आ। मेरे वर्गे जिहड़े बहरूपीए ने पग वधिया बन के ते गात्रा वड्डा पा लैंदे ने, दैट्स नॉट जस्ट खालसा। ये तो हम 7 साल पहला CPI ते CPIM की कंबाइन मीटिंग में ऐलान उन्होंने किया कि जो सिखा में हम काम करना तो दाढ़ी कट्टी बंद कर दो। तुहानू पता रिपोर्ट्स लगदियां ने दरबार साहब तो भी, इंडियन एक्सप्रैस भी छपिया ने late 80s में कि बड़िया ने दाढ़ी वधाई हुई सी ते सीगे कुछ होर। सिखा में बहरूपियां बनना सब तो सौखा, वड्डी कृपाण पा लो, दस्तार का साइज गोल कर लो या चिट्टा कर लो, इदां दी गल्लां ने। सानू खालसे की जिहड़ी असीं डेफिनेशन में नहीं फसना, क्योंकि असी परिभाषा वाले भी बंदे नहीं सी। 10वें पातशाह ने सानू स्पिरिट बख्शी सी, बट जब उन्होंने प्रथा जो सवैया आता उस दस रहे ने, पहली क्वालिफिकेशन हैगी खालसा कौन आ, कहते जागत जो जपै निसबस, कि दे कॉन्सटेंट अवेयरनैस में जो जी रहा, कॉन्सटेंट अवेयरनैस 24/7। साड़ी अवेयरनैस कितने खड़ी है जो सोचिए, असं सब तो यही नहीं पता जे अज सवेरे 9 बजे भी एक शूटिंग हो गया जी अरोरा दे विच, 4 बंदे उत्थे भी मारते। सानू तो यह भी असं कहने कन्फ्यूज हो जाते हैं जी, जत्थेदार उन्होंने स्टेटमेंट क्यों देता जी कि कपड़े ठीक ने पुत्रा पाया अपने कुड़ियाँ। भाई ये उही जत्थेदार आ, जत्थेदार के ऑफिस प्रति नहीं मैं कह रहा कुछ, बड़े गल समझो कि इस जत्थेदार नू भी उही बंदा बिठा रहा जिहड़ा सुमेध सिंह सैणी नू बिठा रहा, तुसीं उहदों की एक्सपैक्ट करदे हो। वी हैव टू बी मोर क्लीयर अबाउट दीस थिंग्स। ये चेतनता ये सुरत जगाण दी गल्लां, जिवें भाई वीर सिंह किसी ने पुछा सिखी की, उन्होंने जवाब यही दिता सी, कहिंदे सिखी है बलवान करना सुरत नू, सुरत बलवान करनी तां असीं छड्डी दित्ती है। सो खालसा कौन आ, कहिंदे जिहड़ा कॉन्सटेंट अवेयरनैस विच जी रहा, मिस वासुर 24/7 आर वी इन अवेयरनैस। ये पुछिए जिहड़े अपने आप नू असीं छक कहिंदे आ कि असीं, इनफैक्ट अजकल अमृत दा वी तुहानू पता ही की हो गया, किसे नू पुछो जी अमृत कित्थे छकिया, उह जत्थेबंदियां ना दे दिंदे ने, किसी बाबे का ना देंगे। मैं पांच प्यारे तो रही गए, फिर कितों पंथ आवे हुण, तां पंथ एक बन गया जटा का, एक रामगढ़िया का, एक पापिया का, पिछे पूजा ने गाणा बनाता एक रविदासिया का, फिर पंथ कितों आवे। खालसा खालसा पंथ एक्चुअली यह मानता है गल्लां नूं कि नन ऑफ दिस मैटर, वट मैटर जिहड़ा रतन सिंह पंगू ने भी बड़ा क्लीयरली दस्सिया, कहिंदे पातशाही किहनूं दित्ती सी, तुसीं सुणी ना अर्लीअर गल, कौन लड़िया सी गुरु के बिहाफ से, डाउन ट्रॉडन जिन्हां ने कोई कुछ तक नहीं करता सी, यही गल रतन सिंह पंगू ने लिखी है। इन गरीब सिंघन को दे पातशाही, ये याद रखे अमरी गुरियाई, फिर लिस्ट दिती है ये जट बूट ना ही तरखाण, दबाइया हुई लताड़िया हुई कौमां गुरु के नाम खड़िया सी। ये आ खालसा जिहड़ा कॉन्सटेंट अवेयरनैस में जी रहा, गुरु ने विजन दिती वो लैके आ। प्रोफेसर पूरन सिंह लिखते हैं कि खालसा ऑर्डनरी लाइफ में एक लविंग हसबेंड हैगा, असं ऑर्डनरी लाइफ में भी नहीं कर पा रहे तो पंथक लाइफ में कितने करांगे, भी ढोंगा एक। We need to go back to the vision of Guru Gobind Singh Maharaj. वाकई दसवें पातशाह नूं देखना, ओ इन्ना एट्रीब्यूट्स विच, इन्ना कैरेक्टरिस्टिक्स विच सानूं मिलणगे। फिर उहदे विच होर भी दस्सिया होया कि खालसा की नहीं करदा, उह तां तुहानूं पता ही है, रहत मर्यादा च पढ़ लिओ। बट जिहड़ी खालसे दी विजन आ, खालसा नंबर वन जॉब इज टू बी द एजेंट ऑफ फ्रीडम, एकनोमिक फ्रीडम एंड पोलिटिकल फ्रीडम। ਤੁਹਾਡੇ ਘਰ ਵਿੱਚ ਕੋਈ ਆ ਕੇ ਤੁਹਾਨੂੰ ਤੰਗ ਨਹੀਂ ਕਰੂਗਾ ਜੇ ਤੁਸੀਂ ਕਹੋਗੇ ਜੀ ਮੈਂ ਸਵੇਰੇ ਉੱਠ ਕੇ ਸਿਮਰਨ ਕਰਨਾ। ਬੱਜੇ ਤੁਸੀਂ ਸਿਮਰਨ ਕਰਨ ਵਾਲੇ ਹੋ ਤੇ ਜਾ ਕੇ ਜਿਹੜੇ ਰੇਪ ਹੋ ਰਿਹਾ ਉਹਨਾਂ ਨੂੰ ਰੋਕੋਗੇ, ਉਹ ਤੁਹਾਨੂੰ ਤੰਗ ਕਰਨਗੇ। ਸੋ ਆਲਵੇਜ਼ ਰਿਮੈਂਬਰ ਦੇ, ਸਿੱਖਾਂ ਦੀ ਯੂਨਿਟੀ ਥਿਓਲੋਜੀਕਲ ਇਸ਼ੂਜ਼ ਤੇ ਕਦੇ ਨਹੀਂ ਹੋਈ, ਸਿੱਖਾਂ ਦੀ ਜਦ ਵੀ ਕਦੇ ਯੂਨਿਟੀ ਹੋਈ ਆ ਉਹ ਇਕਨੋਮਿਕ ਤੇ ਪੋਲੀਟੀਕਲ ਇਸ਼ੂਜ਼ ਤੇ ਹੋਈ ਆ। ਸਾਰੇ ਸਰਬੱਤ ਖਾਲਸੇ ਸਾਡੇ ਇਕਨੋਮਿਕ ਤੇ ਪੋਲੀਟੀਕਲ ਇਸ਼ੂਜ਼ ਤੇ ਹੋਏ ਨੇ। ਫਿਰ ਅਸੀਂ ਜਿਹੜੀ ਯੂਨਿਟੀ ਬਣਾਉਂਦੇ ਆ ਨਾ ਆਪਣੀ ਬਹਿਸਾਂ ਵਿੱਚੋਂ, ਇਹ ਤਾਂ ਸਾਨੂੰ ਦਿੱਤੀ ਹੀ ਨਹੀਂ ਸੀ ਕਦੇ। ਵੀ ਕੈਨ ਨੈਵਰ ਸੋਲਵ ਦੀਸ ਥਿੰਗਸ, ਸਾਡੇ ਬਜ਼ੁਰਗਾਂ ਨੇ ਨਹੀਂ ਕੀਤੀ। ਅਸੀਂ ਕਿੱਥੋਂ ਇੱਕ ਇੱਕ ਆਪਣੀਆਂ ਸੁਰਤਾਂ 'ਚੋਂ ਗੱਲਾਂ ਕਹਿ ਕੇ, ਭਾਵੇਂ ਕਿਸੇ ਗ੍ਰੰਥ ਬਾਰੇ ਆ, ਭਾਵੇਂ ਕਿਸੇ ਬਾਣੀ ਬਾਰੇ ਆ, ਖਾਣ ਬਾਰੇ, ਪਹਿਨਣ ਬਾਰੇ, ਇਹ ਤਾਂ ਐਵੇਂ ਫਜ਼ੂਲ ਦੀਆਂ ਗੱਲਾਂ ਬਣਾ ਲਈਆਂ। ਖਾਲਸੇ ਦਾ ਪਰਪਸ ਇਜ਼ ਅ ਬਿਗਰ ਏਜੰਡਾ, ਉਸ ਬਿਗਰ ਏਜੰਡੇ ਨੂੰ ਕਿਵੇਂ ਸੋਲਵ ਕਰਨਾ। ਅਤੇ ਜਿਹੜੇ ਕਰਦੇ ਨੇ ਇਹ ਹਫ਼ਤਾ ਉਹਨਾਂ ਦਾ, ਦਸਵੇਂ ਪਾਤਸ਼ਾਹ ਨੂੰ ਦੇਖਣਾ ਉਹਨਾਂ 'ਚ ਦੇਖੋ, ਬਿਕੋਜ਼ ਦੈਟਸ ਵਟ ਗੁਰੂ ਸਾਹਿਬ ਸੈਡ। ਆਪਾਂ ਖਾਲਸੇ ਨੂੰ ਤੁਹਾਨੂੰ ਕੁਐਸਚਨ ਕਰੀ ਜਾਂਦੇ ਹਾਂ ਦ ਕਾਇੰਡ ਆਫ ਖਾਲਸਾ ਗੁਰੂ ਗੋਬਿੰਦ ਸਿੰਘ ਡਿਸਕ੍ਰਾਈਬ, ਬਟ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੈਗਾ ਖਾਲਸਾ ਮੇਰਾ ਸਤਿਗੁਰ ਪੂਰਾ। ਆਮ ਸ਼ੋਰ ਉਹ ਮੈਨੂੰ ਨਹੀਂ ਰਿਫਰ ਕਰ ਰਹੇ ਸੀ, ਮੇਰੀ ਵਰਗੀਆਂ ਪਿਪਲੀਆਂ ਜਾਂ ਸੁਰਤਾਂ ਵਾਲਿਆਂ ਨੂੰ ਨਹੀਂ। ਉੱਥੇ ਲਿਖਿਆ ਨਾ ਇਹੀ ਕੀ ਕਿਰਪਾ ਕੇ ਸਜੇ ਹਾਂ ਮੈਂ,
ਉਹ ਪਲੂਰਲ ਵਰਡ ਹੈਗਾ ਉਹਦੇ ਵਿੱਚ ਕੈਰੈਕਟਰਿਸਟਿਕਸ ਲੱਭੇ ਨੇ ਕੁਝ ਜਿਹੜੇ ਕੈਰੈਕਟਰਿਸਟਿਕਸ ਨੇ ਅਸੀਂ ਗੱਲਾਂ ਕਰਕੇ ਹੁਣੇ ਹਟੇ ਇਹ ਸਾਨੂੰ ਦੁਬਾਰਾ ਰਿਵਾਈਵ ਕਰਨਾ ਪਊ ਭਾਈ ਨੰਦ ਲਾਲ ਹੋਣਾ ਨੇ ਇਹਦੇ ਬਾਰੇ ਵੀ ਵਿਸਥਾਰ ਚ ਵਿਆਖਿਆ ਕੀਤੀ ਆ ਤੇ ਪੰਜਵੀਂ ਗੱਲ ਉਹ ਕਰ ਰਹੇ ਨੇ ਕਿ ਦਸਵੇਂ ਪਾਤਸ਼ਾਹ ਨੂੰ ਭਾਈ ਮੈਨੂੰ ਬੜੀ ਹੈਰਾਨੀ ਹੋਈ ਸੀ ਪੜ੍ਹ ਕੇ ਮੈਂ ਪਹਿਲਾਂ ਨਹੀਂ ਦੇਖਿਆ ਸੀ ਇੱਕ ਅੱਧਾ ਫੁੱਟਨੋਟ ਅਸੀਂ ਬਣਾ ਦਿੰਦੇ ਹਾਂ ਸ਼ਾਹੇ ਸ਼ਾਹਾਂਸ਼ਾਹ ਕਹਿ ਕੇ ਗੱਲ ਖਤਮ ਕਰ ਦਿੰਦੇ ਹਾਂ ਉਹ ਕਹਿੰਦੇ ਨੇ ਰਾਜਿਆਂ ਦੇ ਰਾਜਾ ਹੈ ਨੇ ਕਿਵੇਂ ਨੇ ਉਹਦੇ ਵਿੱਚ ਉਹਨਾਂ ਨੇ ਇੱਕ ਲੰਬਾ ਕੰਪੈਰੀਜ਼ਨ ਕੀਤਾ ਕਿ ਜਿਹੜਾ ਰੋਮਨ ਐਮਪਰਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਤੋਂ ਕਿਵੇਂ ਗਾਹਾਂ ਜਿਹੜਾ ਰਸ਼ੀਅਨ ਜ਼ਾਰ ਆ ਉਹਨਾਂ ਤੋਂ ਕਿਵੇਂ ਗਾਹਾਂ ਜਿਹੜੇ ਰਾਜਪੂਤਾਨਾ ਕਿੰਗ ਨੇ ਉਹਨਾਂ ਤੋਂ ਕਿਵੇਂ ਗਾਹਾਂ ਜਿਹੜੇ ਇਟਾਲੀਅਨ ਤੇ ਇਰਾਨੀਅਨ ਐਮਪਰਸ ਨੇ ਚਾਈਨੀਜ਼ ਐਮਪਰਰ ਨੇ ਇੱਦਾਂ ਹੀ ਲਿਖੇ ਨੇ ਲਾਭ ਚ ਉਹਨਾਂ ਤੋਂ ਕਿਵੇਂ ਗਾਹਾਂ ਇਹ ਵਿਆਖਿਆ ਕੀਤੀ ਹੈ ਹੁਣ ਇਹ ਆਪਾਂ ਨੂੰ ਦੇਖਣਾ ਪੈਣਾ ਅਸੀਂ ਦਸਵੇਂ ਪਾਤਸ਼ਾਹ ਦੇ ਇਸ ਐਲੀਮੈਂਟ ਨੂੰ ਤਾਂ ਟੋਟਲੀ ਭੁੱਲ ਗਏ ਹਾਂ ਗੱਲਾਂ ਕਰ ਦਿੰਦੇ ਹਾਂ ਥੋੜੀ ਜਿਹੀਆਂ ਫੁੱਟਨੋਟ ਦੇ ਲੈਵਲ ਤੇ ਬਹਾਦਰ ਸ਼ਾਹ ਜ਼ਫਰ ਨਾਲ ਇਸ ਤਰ੍ਹਾਂ ਮੀਟਿੰਗ ਹੋਈ ਔਰੰਗਜ਼ੇਬ ਨੂੰ ਔਰੰਗਾਬਾਦ ਤੋਂ ਭਾਈ ਦਇਆ ਸਿੰਘ ਨੂੰ ਭੇਜਿਆ ਜ਼ਫਰਨਾਮਾ ਲਿਜਾ ਕੇ ਗੱਲਾਂ ਜ਼ਰੂਰ ਕਰਦੇ ਹਾਂ ਬਟ ਹਾਊ ਡੂ ਵੀ ਲੁੱਕ ਐਟ ਹਿਮ ਐਸ ਦਾ ਟਰੂ ਸੋਵਰਨ ਆਜ਼ਾਦ ਕਰਨ ਵਾਲੇ ਲੋਕਾਂ ਨੂੰ ਆਪਾਂ ਤਾਂ ਆਜ਼ਾਦੀ ਵਰਡ ਤੋਂ ਹੀ ਘਬਰਾ ਗਏ ਹਾਂ ਠੀਕ ਹੈ 80s ਦੇ ਕੰਟੈਕਸਟ ਵਿੱਚ ਉਹਦੇ ਕਈ ਨਾਂ ਬਣ ਗਏ ਨੇ ਬਟ ਆਜ਼ਾਦੀ ਹੁੰਦੀ ਹੈ ਹਰੇਕ ਚੀਜ਼ ਤੋਂ ਇਨਫੈਕਟ ਇੱਥੇ ਇਕਬਾਲ ਨੂੰ ਮੈਂ ਥੋੜ੍ਹਾ ਜਿਹਾ ਲੈ ਕੇ ਆਵਾਂਗਾ ਉਹ ਐਕਸਪਲੇਨ ਕਰਦਾ ਕਹਿੰਦਾ ਗੁਲਾਮ ਤੇ ਆਜ਼ਾਦ ਦਾ ਫਰਕ ਕੀ ਹੈ ਸਾਡੀ ਦਸ਼ਾ ਦੀ ਗੱਲ ਕਰ ਰਹੇ ਹਾਂ ਦਸਵੇਂ ਪਾਤਸ਼ਾਹ ਸਾਨੂੰ ਆਜ਼ਾਦ ਬਣਾਇਆ ਸੀ ਵਿਰਤੀ ਦੇ ਲੈਵਲ ਤੇ ਮਾਇੰਡ ਦੇ ਲੈਵਲ ਤੇ ਪਹਿਲਾਂ ਆਜ਼ਾਦ ਹੋਣਾ ਪੈਂਦਾ ਕਹਿੰਦਾ ਮਹਿਕੂਮ ਕੋ ਯਹੀ ਤਰਬੀਅਤ ਅੱਛੀ ਹੈ ਮੌਸੀਕੀ ਔਰ ਸੂਰਤਗਰੀ ਔਰ ਇਲਮੇ ਨਵਾਤਾਬ ਕਹਿੰਦੇ ਜਿਹੜਾ ਗੁਲਾਮ ਬੰਦਾ ਹੁੰਦਾ ਉਹ ਕਹਿੰਦਾ ਥੋੜ੍ਹਾ ਜਿਹਾ ਚੰਗਾ ਮਿਊਜ਼ਿਕ ਹੋਵੇ ਥੋੜ੍ਹਾ ਜਿਹਾ ਚੰਗਾ ਲਿਟਰੇਚਰ ਹੋਵੇ ਤੇ ਥੋੜ੍ਹੀ ਜਿਹੀ ਚੰਗੀ ਆਰਟ ਹੋਵੇ ਥੋੜ੍ਹੀ ਜਿਹੀ ਤੁਸੀਂ ਦੇਖਿਆ ਹੋਣਾ ਤੁਹਾਡੇ ਨਿਆਣੇ ਵੀ ਕੋਈ ਚੰਗਾ ਪੜ੍ਹਨਾ ਲਿਖਣਾ ਸ਼ੁਰੂ ਕਰਦਾ ਸਿੱਖ ਪੜ੍ਹਨਾ ਆਪਾਂ ਕਹਿੰਦੇ ਬਹੁਤ ਜ਼ਿਆਦਾ ਸਿੱਖਣਾ ਬਣ ਜਾਓ ਘਬਰਾਉਂਦੇ ਹਾਂ ਅਸੀਂ ਕਿਉਂਕਿ ਜਿਹੜਾ ਬਣੂਗਾ ਜ਼ਿਆਦਾ ਉਹ ਆਜ਼ਾਦ ਹੋ ਜਾਊ ਫਿਰ ਅਸੀਂ ਘਬਰਾਉਂਦੇ ਕਹਿੰਦੇ ਥੋੜ੍ਹਾ ਜਿਹਾ ਕਹਿੰਦੇ ਮਹਿਕੂਮ ਕੋ ਪੀਰੋਂ ਕੀ ਕਰਾਮਾਤ ਕਾ ਸੌਦਾ ਆਹੀ ਲੱਭਦੇ ਹਾਂ ਅਸੀਂ ਵੀ ਕੋਈ ਆਵੇ ਚਮਤਕਾਰ ਦਿਖਾਵੇ ਕਹਿੰਦੇ ਇਹ ਗੁਲਾਮਾਂ ਦੀ ਨਿਸ਼ਾਨੀ ਆ ਗੁਲਾਮ ਕੌਮਾਂ ਇਹ ਲੱਭਦੀਆਂ ਨੇ ਸਿੱਖ ਕਦੇ ਨਹੀਂ ਲੱਭਦੇ ਸੀ ਇਹ ਨਵੰਬਰ ਅਰਲੀਅਰ ਗੱਲ ਹੋਈ ਸੀ ਚਮਤਕਾਰ ਅਸੀਂ ਕਿਹੜਾ ਦੇਖ ਰਹੇ ਹਾਂ ਜਿਹੜੀ ਉਹ ਕੰਮ ਕਰਨੇ ਜਿਹੜਾ ਕੋਈ ਐਕਸਪੈਕਟ ਨਹੀਂ ਕਰਦਾ ਤੇ ਉਹ ਕਹਿੰਦੇ ਆਜ਼ਾਦ ਦੀ ਕੀ ਨਿਸ਼ਾਨੀ ਹੈ ਕਹਿੰਦੇ ਹੈ ਆਜ਼ਾਦ ਬੰਦਾ ਖੁਦ ਇੱਕ ਜ਼ਿੰਦਾ ਕਰਾਮਾਤ ਦਿਸ ਵਾਜ ਵਟ ਗੁਰੂ ਗੋਬਿੰਦ ਸਿੰਘ ਡਿਡ ਇਸ ਕਰਕੇ ਉਹ ਰਾਜਿਆਂ ਦੇ ਰਾਜੇ ਨੇ ਇਸ ਕਰਕੇ ਉਹ ਬਰਦੋ ਆਲਮ ਸ਼ਾਹ ਨੇ ਇਸ ਕਰਕੇ ਉਹ ਬੇਕਸਾਰਾ ਯਾਰ ਆ ਇਸ ਕਰਕੇ ਉਹ ਜੁਮਲਾ ਫੈਜ਼ੇ ਨੂਰ ਨੇ ਇਹ ਐਵੇਂ ਨਹੀਂ ਹੈਗੇ ਲਫ਼ਜ਼ ਬੜੇ ਵੱਡੇ ਮੀਨਿੰਗ ਨੇ ਇਹਨਾਂ ਦੇ ਫਾਰਸੀ ਦੇ ਵਿੱਚ ਇਹ ਆਮ ਲੋਕਾਂ ਲਈ ਤਾਂ ਯੂਜ਼ ਹੁੰਦੇ ਹੀ ਨਹੀਂ ਹੈਗੇ ਦਸਵੇਂ ਪਾਤਸ਼ਾਹ ਨੂੰ ਇਸ ਲੈਵਲ ਤੇ ਕਿਵੇਂ ਅਸੀਂ ਦੇਖਣਾ ਇਹ ਵੀ ਸਾਨੂੰ ਸਿੱਖਣਾ ਪੈਣਾ ਤੇ ਦਸਵੇਂ ਪਾਤਸ਼ਾਹ ਨੇ ਜਿਨ੍ਹਾਂ ਨੇ ਉਹਨਾਂ ਨੂੰ ਇਸ਼ਕ ਕੀਤਾ ਇਸ਼ਕ ਲਾਜ ਮੈਂ ਜਾਣ ਕੇ ਵਰਤ ਰਿਹਾ ਕਿਉਂਕਿ ਹਾਲੀਵੁੱਡ ਤੇ ਬਾਲੀਵੁੱਡ ਦਾ ਤਾਂ ਮੀਨਿੰਗ ਕੁਛ ਹੋਰ ਕਰਤਾ ਯੂ ਨੋ ਲਵ ਇਜ਼ ਸਮਥਿੰਗ ਇੰਟਰਸਟਿੰਗ ਗੁਰਬਾਣੀ ਵਿੱਚ ਗੱਲ ਆਈ ਹੈ ਕਿ ਲਵ ਕੱਲੀ ਫੀਲਿੰਗ ਨਹੀਂ ਆ ਲਵ ਡਿਮਾਂਡਸ ਯੋਰ ਹੈਡ ਤੇ ਹੈਡ ਦੀ ਗੱਲ ਅਰਲੀਅਰ ਹੋ ਗਈ ਆ ਜਦ ਅਸੀਂ ਮੱਥਾ ਵੀ ਟੇਕਦੇ ਹਾਂ ਆਪਾਂ ਝੂਠਾ ਟੇਕ ਰਹੇ ਹਾਂ ਮਾਇੰਡ ਨਾ ਕਰਿਓ ਕਿਉਂਕਿ ਪਹਿਲਾ ਮਤਲਬ ਉਹਦਾ ਇਹ ਹੁੰਦਾ ਕਿ ਮੈਂ ਆਪਣੀ ਸੋਚਣੀ ਤਿਆਗੀ ਬਿਕੋਜ਼ ਐਵਰੀਥਿੰਗ ਇਜ਼ ਹੇਅਰ ਬਟ ਅਸੀਂ ਮੱਥਾ ਜੇ ਟੇਕਿਆ ਨਹੀਂ ਹੁੰਦਾ ਫਿਰ ਆਪਾਂ ਸੋਚ ਰਹੇ ਹਾਂ ਮੈਂ ਕੀ ਜਵਾਬ ਦੇਣਾ ਕਿ ਮੇਰੀ ਮਤ ਛੋਟੀ ਆ ਉਹ ਵਾਲੀ ਮਤ ਵੱਡੀ ਆ ਇਹਦਾ ਪਹਿਲਾ ਮਤਲਬ ਇਹ ਹੁੰਦਾ ਤੇ ਦੂਸਰਾ ਇਹ ਆ ਕਿ ਉਹ ਹਾਇਰ ਥੋਟ ਨੂੰ ਬਚਾਉਣ ਦੇ ਲਈ ਮੈਂ ਇਹ ਫਿਜ਼ੀਕਲ ਹੈਡ ਵੀ ਦੇਣ ਲਈ ਤਿਆਰ ਦਿਸ ਇਜ਼ ਵਾਟ ਸਿੱਖਸ ਯੂਜ਼ ਟੂ ਡੂ ਨਾ ਅਸੀਂ ਹੁਣ ਮਾਇੰਡ ਦੇ ਲੈਵਲ ਤੇ ਗੁਰੂ ਨੂੰ ਆਪਣਾ ਮਾਇੰਡ ਦੇ ਰਹੇ ਹਾਂ ਜਿਹੜਾ ਕਬੀਰ ਜੀ ਕਹਿੰਦੇ ਆ ਨਾ ਕੰਚਨ ਸੇ ਉਹ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਆਪਾਂ ਵੀ ਇੱਦਾਂ ਹੀ ਗੁਰੂਆਂ ਲਈ ਗਿਫਟ ਲਈ ਜਾਂਦੇ ਹਾਂ ਜਿਵੇਂ ਇੱਕ ਮਦਰਸ ਡੇ ਵੇਲੇ ਆਪਣੀ ਮਾਂ ਨੂੰ ਖੁਸ਼ ਕਰਨ ਲਈ ਕੁਝ ਗਿਫਟ ਤੁਹਾਡੇ ਤਰ ਖਵਾ ਦਿੰਦੇ ਹਾਂ ਤੇ ਪੂਰਾ ਸਾਲ ਗੱਲ ਨਹੀਂ ਮੰਨਦੇ ਮਾਂ ਨੋਸ ਹਾਉ ਯੂ ਆਰ ਅਸੀਂ ਗੁਰੂਆਂ ਨੂੰ ਵੀ ਇਹੋ ਜਿਹੀਆਂ ਜਿਹਨੂੰ ਆਪਾਂ ਕਹਿੰਦੇ ਹਾਂ ਚੋਚਲੇ ਜਿਹੇ ਕਹੀ ਜਾਂਦੇ ਹਾਂ ਅਰਦਾਸਾਂ ਵੀ ਕਰ ਦਿੰਦੇ ਹਾਂ ਜੀ ਇਹ ਸਾਡੇ ਬੱਚੇ ਦਾ ਜੇ ਯੂ ਨੋ ਮੈਡੀਕਲ ਐਗਜ਼ਾਮ ਐਂਟਰੈਂਸ ਠੀਕ ਹੋ ਜਾਵੇ ਤਾਂ ਮੈਂ ਇੱਕ ਅਖੰਡ ਪਾਠ ਕਰਾਵਾਂਗਾ ਦੈਟਸ ਕਾਲਡ ਬ੍ਰਾਈਬ ਜਿਹੜਾ ਕੰਮ ਕਰਾਉਣ ਲਈ ਕੁਛ ਦਿੱਤਾ ਜਾਵੇ ਤੇ ਗੁਰੂ ਕਿੱਥੋਂ ਤਰੁੱਠੇ ਦਿਸ ਇਜ਼ ਦਸਵੇਂ ਪਾਤਸ਼ਾਹ ਦੇ ਜਿਹੜੇ ਮੰਨਣ ਵਾਲੇ ਬੰਦੇ ਨੇ ਨਾ ਉਹਨਾਂ ਦੀਆਂ ਕਰਾਮਾਤਾਂ ਇਸ ਹਫ਼ਤੇ ਵਿੱਚ ਦੇਖੋ ਇਹ ਹਿਸਟੋਰੀਕਲ ਹਫ਼ਤਾ ਹੈਗਾ ਬਹੁਤ ਸਾਰਾ ਕੁਛ 300 ਸਾਲ ਪਹਿਲਾਂ ਨਾ ਦੇਖਿਆ ਕਰੋ 30 ਸਾਲ ਪਹਿਲਾਂ ਵੀ ਦੇਖੋ ਕੀ ਹੋਇਆ 200 ਸਾਲ ਪਹਿਲਾਂ ਵੀ ਦੇਖੋ ਕੀ ਹੋਇਆ ਮੱਸੇ ਰੰਗਣ ਨੂੰ ਕਿਹਨੇ ਡਿਲੀਵਰ ਕੀਤਾ ਸੀ ਜਸਟਿਸ ਉਹ ਹੁਣੇ 4 ਦਿਨ ਪਹਿਲਾਂ ਹੋ ਕੇ ਹਟਿਆ ਉਹ ਦਿਨ ਵੀ ਉਹ ਪੰਜਾਬੀ ਨਹੀਂ ਸੀ ਸਾਰੇ ਉਹ ਡਾਇਸਪੋਰਾ ਹੀ ਹੈਗੀ ਪੰਜਾਬ ਤੋਂ ਬਾਹਰ ਰਾਜਸਥਾਨ ਤੋਂ ਹੀ ਆਏ ਸੀ ਨਾ ਕੀ ਹੋਇਆ ਸੀ ਦਰਬਾਰ ਸਾਹਿਬ ਵਿੱਚ ਨੰਗੀਆਂ ਦਾ ਨਾਸ਼ ਤਬਾਕੂ ਤੇ ਐਲਕੋਹਲ ਸੇਮ ਥਿੰਗ ਸਤਵੰਤ ਸਿੰਘ ਦਾ ਸਟੇਟਮੈਂਟ ਦੇਖੋ ਉਹਦਾ ਕੱਲ ਦਿਨ ਹੈਗਾ ਜਦੋਂ ਉਹਨੂੰ ਫਾਂਸੀ ਚੜਾਈ ਗਈ ਕੇਹਰ ਸਿੰਘ ਨੂੰ ਆਈ ਨੋ ਦੇ ਆਰ ਟਫ ਥਿੰਗਸ ਬਟ ਦੇ ਹੈਡ ਟੇਕਨ ਅੰਮ੍ਰਿਤ ਆਲਸੋ ਲੁੱਕ ਐਟ ਹਿਸ ਰਿਸਪੌਂਸ ਜਦੋਂ ਲਾਇਰ ਉਹਨਾਂ ਨੂੰ ਮਿਲਣ ਜਾਂਦਾ ਲਾਸਟ ਦਿਨ 5 ਜਨਵਰੀ ਨੂੰ ਤਾਂ ਉਹਨੂੰ ਕੀ ਪੁੱਛਦਾ 4 ਵਜੇ ਸਵੇਰੇ ਫਾਂਸੀ ਲੱਗੀ ਸੀ ਦੋਨਾਂ ਨੂੰ ਇਲੀਗਲੀ ਲੱਗੀ ਆ
अकॉर्डिंग टू इंडियन नॉन लॉज ते तुहाडे लोकल पेपर ने लिखा ग्लोब एंड स्टार ने ग्लोब एंड मेल ने सॉरी 6 जनवरी 1989 वाले दिन कहंदे जो इंडिया जज होया ये बड़ी शेमफुल गल आ सारे लॉज वायलेट किए गए असि अजे वो एंगल तो देखे नहीं चलो अच्छ सिख नजरिया ही देखिए कि जेड़ा अमृत छक लैंदा जेड़ा दसवें पातशाह नूं इनफैक्ट मंदा हैगा हाईएस्ट लैवल ते उहदे विच फीयर टोटली खत्म हो जांदा इह सतवंत सिंह दा स्टेटमेंट हैगा 23 साल दी उमर सी उहदी वी भगत सिंह याद है इहनूं क्यों भुल रहे हो इन्नी छेती भगत सिंह ते राजगुरु ते सिखदेव नूं की होया उह याद होणा तुहानूं बट बेअंत सिंह सतवंत सिंह ते केहर सिंह सानूं भुल रहे ने दुनिया का ओपीनियन असं लैके इकट्ठा करके ना चलीए कला वी हैव टू लुक एट साडी ओन हिस्टरी की है भाई नंद लाल होनी सानू एक नजरिया देख रहे हैं गुरु नूं किवें देखना ते जे सानू गुरु नूं देखना आजू क्योंकि अजे साडियां अखां देख नहीं रहीआं उस लैवल ते माइंड उस लैवल ते नहीं देख रहा फिर तुसीं पॉपुलर वर्ल्ड ओपीनियन की आ लोकी की कहिंदे ने जथेबंदियां की कहिंदियां उन्हां नूं देखना बंद कर दूंगा ये मैं बेनती करा सारी जथेबंदियां विच ये प्रॉब्लम आ हरेक ने अपने किस्म की सिखी बनाई हुई है दूसरे को असं ए लाने जिमें बंदा ही है इन्नी घृणा तो सानू अलाओ कि घृणा तो है ही नहीं गुरु ग्रंथ साहब विच वर्ड सो भाई जो कोई नहीं थोड़े नाल अग्री कर रहा तुसी ये देखो करना की है उहदे नाल प्रोजेक्ट दीआं गल्लां करो उहदे नाल जपजी साहब की व्याख्या दी डिसएग्रीमेंट ना करो गल ये करो कि दुनिया च की चल रहा दुनिया में एवरी 17 सैकेंड साउथ अफ्रीका में रेप हो रहा वूमन दा अज असीं जा रहे हां उत्थे कुछ करन साडा ये रोल आ की हो रहा फर्स्ट नेशन दा कैनेडा दे विच की हो रहा पंजाब दे विच की हो रहा जब ही हो दामनी दा इंसीडेंट होके हटिया भी होर रेप हो चुके ने जे वाकई तगड़ा सिख होवे अकाली फूला सिंह वर्गी इंडिपेंडेंट फौज होवे अकाल तक दी कुछ करन योग्य होईए असी दीज आर द थिंग्स टू थिंक अबाउट दसवें पातशाह जे दिन मनाने ने एक कमेमोरेशन एक आइडल ना बना दो उन्हां नूं उन्हां दे आइडियल्स नूं देखो किहड़ा कैरेक्टर किहड़ा बिहेवियर उह साडे कोल एक्सपैक्ट करदे ने ਇਹ ਬਿਹੇਵੀਅਰ ਸਾਨੂੰ ਹੋਰਾਂ ਨੇ ਵੀ ਲੈਣ ਦੀ ਲੋੜ ਆ ਜਿਵੇਂ ਸਾਨੂੰ ਭਾਈ ਨੰਦ ਲਾਲ ਹੋਣਾ ਦੱਸੇ ਇਹ ਵੀ ਲੋੜ ਆ ਬਟ ਇੱਥੇ ਮੈਂ ਅਖੀਰਲੀ ਗੱਲ ਕਰਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਕਿ ਕਿਹੜਾ ਨਜ਼ਰੀਆ ਅਸੀਂ ਫਿਰ ਦੇਖੀਏ ਇੱਥੇ ਭਾਈ ਨੰਦ ਲਾਲ ਹੋਣਾ ਦੇ ਸ਼ੇਰ ਤੋਂ ਮੈਂ ਗੱਲ ਖਤਮ ਕਰਾਂਗਾ ਉਹ ਕਹਿੰਦੇ ਨੇ ਨਜ਼ਰੀਏ ਬੜੇ ਨੇ ਦੁਨੀਆਂ ਵਿੱਚ ਮੈਂ ਵੀ ਬੜੀਆਂ ਕਿਤਾਬਾਂ ਦੇਖਦਾ ਰਹਿੰਦਾ ਬੜਾ ਕੁਛ ਉਲਟਾ ਸਿੱਧਾ ਗੁਰੂਆਂ ਬਾਰੇ ਲਿਖਿਆ ਜਾ ਰਿਹਾ ਸਾਰੀ ਗੱਲਾਂ ਨਹੀਂ ਅਸੀਂ ਮੰਨ ਸਕਦੇ ਬਰਾਕ ਓਬਾਮਾ ਪਾਓ ਨਾ ਤੁਸੀਂ ਗੂਗਲ ਦੇ ਵਿੱਚ ਪਹਿਲੇ ਟੌਪ 10 ਹਿੱਟਸ ਵਿੱਚ 7 ਹਿੱਟ ਆਉਂਦੇ ਨੇ ਕਿ ਹੀ ਇਜ਼ ਨਾਟ ਸੀ ਬਟ ਹੀ ਇਜ਼ ਨਾਟ ਹਿਟਲਰ ਹੀ ਇਜ਼ ਨਾਟ ਨਾਜ਼ੀ ਪ੍ਰੋਪੇਗੈਂਡਾ ਵਾਰ ਚੱਲ ਰਹੀ ਹੈ ਕਿਉਂਕਿ ਜਿਹੜਾ ਵੀ ਸਕਸੈਸਫੁਲ ਸ਼ਖਸੀਅਤ ਹੈ ਉਹ ਤਾਂ ਗੁਰੂ ਸਾਹਿਬਾਨ ਨੇ ਦਸਵੇਂ ਪਾਤਸ਼ਾਹ ਸਾਡੇ ਜਿਹੜੇ ਤਗੜੇ ਜਰਨੈਲ ਨੇ ਉਹਨਾਂ ਦੀ ਇਹਨਾਂ ਨੇ ਕੈਰੇਕਟਰ ਸੈਸ਼ਨੇਸ਼ਨ ਕਰ ਦਿੱਤੀ ਹੈ ਤਾਂ ਗੁਰੂਆਂ ਦੀ ਤਾਂ ਕਰਨਗੇ ਹੀ ਕਰਨਗੇ ਬਾਬਾ ਬੰਦਾ ਸਿੰਘ ਬਹਾਦਰ ਵਾਸ ਸੋ ਸਕਸੈਸਫੁਲ ਦੇਖੋ ਕਿੱਦਾਂ ਸਾਡੇ ਮਨਾਂ ਵਿੱਚ ਹੀ ਗਿਰਾਤਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਸੋ ਸਕਸੈਸਫੁਲ ਸਾਡੇ ਮਨਾਂ ਵਿੱਚ ਗਿਰਾਈ ਜਾ ਰਹੇ ਨੇ ਬਿਕੋਜ਼ ਦੇ ਆਰ ਸੋ ਸਕਸੈਸਫੁਲ ਦਸਵੇਂ ਪਾਤਸ਼ਾਹ ਨੇ ਇਸ ਕਿਸਮ ਦੇ ਜਿਵੇਂ ਭਾਈ ਰਣਧੀਰ ਸਿੰਘ ਨੇ ਫੀਲ ਕੀਤਾ ਮੈਂ ਜਾਣ ਕੇ ਨਾਲ ਲੈ ਰਿਹਾ ਜਿਵੇਂ ਬਾਬਾ ਜਰਨੈਲ ਸਿੰਘ ਹੋਣਾ ਨੇ ਦਸਵੇਂ ਪਾਤਸ਼ਾਹ ਨੂੰ ਫੀਲ ਕੀਤਾ ਬੀਬੀ ਬਲਬੀਰ ਕੌਰ ਨੇ ਕੀਤਾ ਜਾਂ ਜਥੇਦਾਰ ਨੇ ਕਿਹਾ ਕਿ ਤੂੰ ਨਹੀਂ ਜਾ ਸਕਦੀ ਜਥੇ 'ਚ ਉਹਨੇ ਕੀ ਕਿਹਾ ਕਹਿੰਦੀ ਮੈਂ ਵੀ ਉਹੀ ਅੰਮ੍ਰਿਤ ਛਕਿਆ ਫਿਰ ਜਾਣ ਦਿੱਤਾ ਸੀ ਉਹਨੂੰ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੇ ਵਿੱਚ ਉਹਨਾਂ ਨੂੰ ਲੱਭ ਰਹੇ ਨੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਜਿਵੇਂ ਭਾਈ ਵੀਰ ਸਿੰਘ ਉਹਨਾਂ ਨੂੰ ਕੰਮ ਦੀ ਕਲਾਈ ਵਿੱਚ ਲੱਭ ਰਹੇ ਨੇ ਸਾਨੂੰ ਇੱਦਾਂ ਲੱਭਣਾ ਪੈਣਾ ਗੁਰੂ ਨੂੰ ਆਪਣੇ ਤਰੀਕੇ ਦੇ ਨਾਲ ਪਰਸਨਲ ਲੈਵਲ ਤੇ ਜਾ ਕੇ ਕਿਉਂਕਿ ਜੋ ਲੋਕੀ ਕਹਿ ਰਹੇ ਨੇ ਭਾਈ ਨੰਦ ਲਾਲ ਕਹਿ ਰਹੇ ਨੇ ਮਾਜੁਜ਼ ਹਦੀਸ ਤੇ ਇਸ਼ਕੇ ਤੂੰ ਹਰਫੀ ਨਾ ਖਵਾਂਦੀ ਕਹਿੰਦੇ ਤੇਰੇ ਪਿਆਰ ਦੇ ਬਾਰੇ ਓਰਲ ਟ੍ਰੈਡੀਸ਼ਨ ਕੀ ਕਹਿ ਰਿਹਾ ਹਦੀਸ ਹੁੰਦੀ ਹੈ ਇਸਲਾਮਿਕ ਲੈਵਲ ਤੇ ਓਰਲ ਟ੍ਰੈਡੀਸ਼ਨ ਜਿਵੇਂ ਆਪਣੀਆਂ ਜਨਮ ਸਾਖੀਆਂ ਦੇ ਮੁਹੰਮਦ ਸਾਹਿਬ ਬਾਰੇ ਇਦਾਂ ਦੀਆਂ ਸਾਖੀਆਂ ਨੇ ਜਿਹੜੀਆਂ ਓਰਲ ਟ੍ਰੈਡੀਸ਼ਨ ਕਹਿੰਦੇ ਹਦੀਸਾਂ ਦੇ ਵਿੱਚ ਕੀ ਲਿਖਿਆ ਜਾ ਰਿਹਾ ਹਰਫੀ ਹਰਫ ਇਜ਼ ਅ ਲੈਟਰ ਖਵਾਂਦੀ ਲਿਖਣਾ ਹੁੰਦਾ ਕਹਿੰਦੇ ਤੇਰੇ ਬਾਰੇ ਤੇਰੇ ਪਿਆਰ ਦੇ ਬਾਰੇ ਦਸਮ ਪਾਤਸ਼ਾਹ ਦੇ ਪ੍ਰਥਾ ਲਿਖ ਰਹੇ ਨੇ ਲੋਕੀ ਕੀ ਲਿਖ ਰਹੇ ਨੇ I don't care. That's what he's saying basically. He says people write all sorts of things. What does he care about, Pai Nandalal? He says, Dar rahe ishke in hama takrar vi kunim. Kehne lekin jine tere pyar de raah te turna, ode layi gallan karan layi main puri raat baitha. Eh yaar, sada kam. Vishleshna to thoda ja, theek hai. ਕਈਆਂ ਦੀ ਇਹ ਲੋੜ ਹੈ ਜਿਨ੍ਹਾਂ ਨੇ ਕਮਿਊਨਿਟੀ ਦੇ ਕੰਮ ਕਰਨੇ ਨੇ ਥੋੜ੍ਹਾ ਜਿਹਾ ਇਹ ਕਰਨ ਦੀ ਲੋੜ ਆ ਕਿਉਂਕਿ ਸਾਡੇ ਤੇ ਐਕਸਟਰਨਲ ਅਟੈਕ ਵੀ ਬੜੇ ਹੋ ਰਹੇ ਨੇ ਬਟ ਐਜ਼ ਏ ਆਮ ਸੰਗਤ ਦੇ ਰੂਪ ਵਿੱਚ ਅਸੀਂ ਇਸ਼ਕ ਕਿਵੇਂ ਗਾਣਾ ਗੁਰੂ ਦੇ ਨਾਲ ਉੱਥੇ ਲੋਕੀ ਕੀ ਕਹਿੰਦੇ ਨੇ ਸਕਾਲਰ ਕੀ ਕਹਿੰਦੇ ਨੇ ਇਹ ਸਭ ਇੱਕ ਨੋਇਜ਼ ਹੈਗੀ ਇਹ ਪ੍ਰੋਪੇਗੈਂਡਾ ਵਾਰ ਦੁਨੀਆ ਚੱਲ ਰਹੀ ਆ ਆਮ ਬੰਦੇ ਨੇ ਤੇ ਇਸ਼ਕ ਕਰਨਾ ਗੁਰੂ ਦੇ ਨਾਲ ਉਹ ਕਿਵੇਂ ਕਰਨਾ ਇਹ ਜ਼ਰੂਰ ਦੇਖੋ ਜਦ ਤੁਸੀਂ ਇਸ਼ਕ ਕਰਨਾ ਉਹਨਾਂ ਲੋਕਾਂ ਨੂੰ ਨਹੀਂ ਪੁੱਛਦੇ ਜਾ ਕੇ ਉਹ ਤਾਂ ਪਰਸਨਲੀ ਬਹਿੰਦੇ ਹੋ ਬਾਣੀ ਨੂੰ ਪੜ੍ਹਦੇ ਹੋ ਟਾਈਮ ਲਾਉਂਦੇ ਹੋ ਜਿਹਦੇ ਨਾਲ ਵੀ ਤੁਹਾਨੂੰ ਪਿਆਰ ਹੁੰਦਾ ਉਹਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਟੂ ਸਪੈਂਡ ਟਾਈਮ ਵਿਦ ਦਮ
ਆਪਾਂ ਹੀ ਕਹਿੰਦੇ ਆ ਜਿੰਨੇ ਮਰਜ਼ੀ ਗਿਫਟ ਲੈ ਦੋ ਖੁਸ਼ ਨਹੀਂ ਹੁੰਦੇ, ਕਹਿੰਦੇ ਯਾਰ ਯੂ ਆਰ ਨੈਵਰ ਦੇਅਰ, ਦੈਟਸ ਵਾਟ ਗੁਰੂ ਇਜ਼, ਵੀ ਆਰ ਨੈਵਰ ਦੇਅਰ, ਅਸੀਂ ਰੁਮਾਲਾ ਚੱਕ ਕੇ ਪੜ੍ਹਦੇ ਹੀ ਨਹੀਂ, ਡਰਾਤਾ ਸਾਨੂੰ, ਪੜ੍ਹੋ ਮੈਂ ਉਹਨੂੰ ਉਹਨਾਂ ਨਿੱਜੀ ਰਿਸ਼ਤਾ ਬਣੂਗਾ, ਫਿਰ ਸਾਨੂੰ ਵਿਜੁਅਲਾਈਜ਼ ਕਰਨਾ ਆਓ ਗੁਰੂ ਨੂੰ, ਫਿਰ ਗੁਰੂ ਸਾਡੇ ਕੋਲੋਂ ਕੀ ਐਕਸਪੈਕਟ ਕਰਦਾ ਇਹ ਆਓ, ਫਿਰ ਸਾਡੇ ਵਿੱਚੋਂ ਕੋਈ ਸੁੱਖਾ ਜਿੰਦਾ ਵੀ ਬਣੋ, ਕੋਈ ਸਤਵੰਤ ਸਿੰਘ ਬੇਅੰਤ ਸਿੰਘ ਵੀ ਬਣੋ, ਕੋਈ ਰਾਜੋਵਾਣਾ ਵੀ ਬਣੋ, ਆਈ ਨੋ ਦੇ ਆਲ ਹੈਵ ਇਸ਼ੂਜ਼, ਦੇ ਆਰ ਆਲ ਇੰਪਰਫੈਕਟ, ਬਟ ਦੇ ਆਰ ਸਟਿਲ ਗ੍ਰੇਟ, ਦੇ ਆਰ ਮਚ ਬੈਟਰ ਦੈਨ ਯੂ ਐਂਡ ਮੀ, ਅਸੀਂ ਤਾਂ ਗੱਲਾਂ ਕਰਦੇ ਰਹਿ ਜਾਂਦੇ ਹਾਂ, ਕੋਈ ਪ੍ਰੋਫੈਸਰ ਪੂਰਨ ਸਿੰਘ ਵੀ ਬਣੋ, ਕੋਈ ਪੂਰਨ ਸਿੰਘ ਵੀ ਬਣੋ, ਭਾਈ ਵੀਰ ਸਿੰਘ ਵੀ ਬਣੋ, ਮੈਂ ਅਰਲੀਅਰ ਗੱਲ ਕਰੀ, ਕੋਈ ਬੀਬੀ ਹਰਨਾਮ ਕੌਰ ਵੀ ਬਣੂ ਜਿਹੜੀ 100 ਸਾਲ ਪਹਿਲਾਂ ਸਕੂਲ ਜਨਾਨੀਆਂ ਦਾ ਬਣਾ ਰਹੀ ਆ, ਹਜ਼ਾਰਾ ਸਿੰਘ ਨਾਲ, ਤਖਤ ਸਿੰਘ ਨਾਲ, ਸੋਰੀ ਉਹਨਾਂ ਦੀ ਮੈਰਿਜ ਹੋਈ, ਬੈਸਟ ਲਾਇਬ੍ਰੇਰੀ ਹੁੰਦੀ ਸੀ ਪੰਜਾਬ ਦੀ, ਆ ਸਾਰੇ ਬੰਗਾਲੀ ਰਾਈਟਰ ਉੱਥੇ ਬਹਿ ਕੇ ਜਾ ਕੇ ਪੜ੍ਹਦੇ ਸੀਗੇ। ਵੀ ਨੀਡ ਟੂ ਸਟਾਰਟ ਐਸਕਿੰਗ ਦਾ ਗੁਰੂ, ਗੁਰੂ ਸਾਹਿਬ ਨੂੰ ਅਸੀਂ ਪਰਸਨਲ ਰਿਲੇਸ਼ਨਸ਼ਿਪ ਡਿਵੈਲਪ ਕਰੀਏ। ਗੁਰਪੁਰਬਾਂ ਦੇ ਮਨਾਉਣ ਦੇ ਪਿੱਛੇ ਕੁਛ ਇਸ ਤਰ੍ਹਾਂ ਦੀਆਂ ਨੇ ਸਾਡੀਆਂ ਹੋਪਸ ਤੇ ਆਸ਼ਾਵਾਂ ਹੋਣੀਆਂ ਚਾਹੀਦੀਆਂ। ਯੈਸ ਦੇਰ ਆਰ ਲੋਟਸ ਆਫ ਇਸ਼ੂਜ਼, ਬੜੇ ਇਸ਼ੂ ਕੁਛ ਨਹੀਂ ਹੁੰਦੇ, ਇਹ ਚੱਲਦੇ ਰਹਿੰਦੇ ਨੇ। ਯੂ ਨੋ ਇਨ ਦਾ ਬਿਗਰ ਪਿਕਚਰ, ਬਿਗਰ ਇਸ਼ੂ ਇਜ਼ ਸਾਡੇ ਮਨਾਂ ਦੇ ਵਿੱਚ ਅਕਾਲ ਤਖ਼ਤ ਨਾ ਢਹਿ ਜਾਵੇ, ਜਿਹੜਾ ਹੋ ਰਿਹਾ 95 ਤੋਂ ਬਾਅਦ। ਪਹਿਲਾਂ ਫਿਜ਼ੀਕਲੀ ਬਹੁਤ ਵਾਰੀ ਢਹਿ ਕੀਤਾ ਗਿਆ, ਅਸੀਂ ਨਹੀਂ ਘਬਰਾਏ, ਹੁਣ ਸਾਡੇ ਮਜ਼ਾਕ ਦੇ ਲੈਵਲ 'ਤੇ ਜਿਹੜਾ ਢਹਿਰੀ ਕੀਤਾ ਜਾ ਰਿਹਾ ਨਾ, ਸਾਨੂੰ ਇਸ ਤੋਂ ਬਚਣਾ ਪੈਣਾ। ਪਹਿਲਾਂ ਵੀ ਸਾਡੇ ਜਥੇਦਾਰ ਮਾੜੇ ਰਹੇ ਨੇ, ਡੋਂਟ ਵਰੀ ਅਬਾਊਟ ਇਟ ਟੂ ਮੱਚ, ਕੁਐਸਚਨ ਇਜ਼ ਵਟ ਸ਼ੁੱਡ ਯੂ ਡੂ। ਉਹ ਐਂਸਰ ਅੱਜ ਅਰਦਾਸ ਵਿੱਚ ਜ਼ਰੂਰ ਗੁਰੂ ਕੋਲੋਂ ਖੜ੍ਹੇ ਹੋ ਕੇ ਮੰਗ ਲਿਓ। ਤੁਸੀਂ ਜੇ ਪੋਪੂਲਰ ਮੂਵੀਜ਼ ਨੂੰ ਵੀ ਦੇਖੋਗੇ ਨਾ, ਰਾਜ ਬੱਬਰ ਨੇ ਜਦ ਦਿਖਾਇਆ ਨਾ ਊਧਮ ਸਿੰਘ ਨੂੰ ਵੀ, ਕੀ ਦਿਖਾ ਰਹੇ ਨੇ ਉਹ, ਆਪਣੇ ਆਪਰੇਸ਼ਨ ਤੋਂ ਪਹਿਲਾਂ ਫੋਟੋ ਦੇ ਸਾਹਮਣੇ ਖੜ ਜਾਂਦੇ ਨੇ। ਪੋਪੂਲਰ ਕਲਚਰ ਵਿੱਚ ਵੀ ਇਹ ਗੱਲ ਸਾਡੀ ਸਾਈਕੀ 'ਚ ਆਈ ਹੋਈ ਹੈ, ਵਟ ਐਵਰ ਵੀ ਡੂ ਵੀ ਐਸਕ ਦਾ ਗੁਰੂ, ਵੀ ਡੋਂਟ ਐਸਕ ਪੀਪਲ, ਵੀ ਡੋਂਟ ਐਸਕ ਆਰਗਨਾਈਜੇਸ਼ਨਸ। ਸਾਡੀ ਅੱਜ ਪ੍ਰੋਬਲਮ ਇਹ ਆ, ਅਸੀਂ ਕਿਸੇ ਦੇ ਪਿੱਛੇ ਲੱਗ ਕੇ ਪੁੱਛੀ ਜਾਂਦੇ ਕੀ ਕਰੀਏ, ਕਿਸੇ ਸੰਸਥਾ ਦੇ ਪਿੱਛੇ ਲੱਗ ਜਾਂਦੇ ਹਾਂ। ਉਹ ਸਾਰੀਆਂ ਚੀਜ਼ਾਂ ਠੀਕ ਨੇ, ਬਟ ਜੋ ਕੁਛ ਵੀ ਆਪਣੇ ਜ਼ਿੰਦਗੀ ਵਿੱਚ ਬੰਦੇ ਨੇ ਕਰਨਾ, ਸਤਿਗੁਰੂ ਨੂੰ ਪੁੱਛ ਕੇ ਬਹਿਰਾ ਕਰਨ ਦੇ ਬਸ, ਯੂ ਸਟਾਰਟ ਐਸਕਿੰਗ ਦਾ ਗੁਰੂ। ਜਿਨ੍ਹਾਂ ਨੇ ਵੀ ਕੁਛ ਕੀਤਾ, ਦੇ ਆਲ ਐਸਕ ਦਾ ਗੁਰੂ। ਇਹ ਪ੍ਰੋਮਿਸ ਜਿਹੜਾ ਹੈਗਾ 10ਵੇਂ ਪਾਤਸ਼ਾਹ ਦਾ ਨਾਲ ਲੈ ਕੇ ਜਾਇਓ, ਫਿਰ ਅਰਦਾਸ ਤੋਂ ਬਾਅਦ ਜਿਹੜਾ ਦੋਹਰਾ ਹੈਗਾ ਉਹਦੇ ਵਿੱਚ ਸਾਡਾ ਵਿਸ਼ਵਾਸ ਤਾਂ ਪੂਰਾ ਰਹੂਗਾ ਹੀ। ਜਦ ਕਹਿੰਦੇ ਆ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਆਕੀ ਇਜ਼ ਅ ਨੌਨ ਬਿਲੀਵਰ, ਛੋਟਿਆਂ ਦਾ ਮੈਂ ਬਾਕੀ ਬੋਲੀ ਜਾਂਦਾ ਸੀ, ਇਟਸ ਨਾਟ ਬਾਕੀ, ਇਟਸ ਆਕੀ ਰਹੇ ਨਾ ਕੋਈ, ਅਸੀਂ ਅਜੇ ਨੌਨ ਬਿਲੀਵਰਸ ਹੈਗੇ ਹਾਂ, ਅਸੀਂ ਨਹੀਂ ਹਾਂ ਸਾਡਾ ਵਿਸ਼ਵਾਸ ਗੁਰੂ 'ਤੇ, ਲੈ ਕੇ ਚੱਲੋ ਜੇ ਹੋਵੇ ਤਾਂ ਅਸੀਂ ਕੁਛ ਕਰ ਰਹੇ ਹੀ ਹੋਵਾਂਗੇ ਇਸ ਵੇਲੇ। ਅਤੇ ਉੱਥੇ ਲਿਖਿਆ ਹੈਗਾ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਇਹ ਸ਼ਰਨ ਕਿਵੇਂ ਲੈਣੀ ਹੈ ਗੁਰੂ ਦੀ, ਪਲੀਜ਼ ਪੇ ਲੋਟ ਆਫ ਅਟੈਂਸ਼ਨ ਟੂ ਦੈਟ। ਕਿਉਂਕਿ ਮਹਿਬੂਬ ਸਾਹਿਬ ਦੀ ਕਵਿਤਾ ਹੈਗੀ, ਉਹਨਾਂ ਨੇ ਵੀ ਇਹੀ ਲਾਈਨ ਲਿਖੀ ਹੈ, ਕਹਿੰਦੇ ਸਾਡਾ ਜਿਹੜਾ ਹੈ ਟਾਈਮ ਤੋਂ ਕੋਈ ਨਹੀਂ ਖਰਾਬ ਕਰ ਸਕਦਾ, ਐਸ ਲੌਂਗ ਐਸ ਵੀ ਡੂ ਵਟ, ਆਪਣੀ ਪੱਤ ਪਛਾਣ ਲਵੇ ਜੇ ਲੜ ਮਾਹੀ ਦਾ ਫੜ ਕੇ। ਸਾਨੂੰ ਮਾਹੀ ਦਾ ਲੜ ਕਿਵੇਂ ਫੜਨਾ, ਦਸਵੇਂ ਪਾਤਸ਼ਾਹ ਦੇ ਲਈ ਜੇ ਆਪਾਂ ਇਹ ਵਰਡ ਯੂਜ਼ ਕਰੀਏ, ਗੁਰੂ ਦੇ ਨਾਲ ਆਪਣਾ ਰਿਸ਼ਤਾ ਕਿਵੇਂ ਵਧਾਉਣਾ। ਜਿਨ੍ਹਾਂ ਨੇ ਗੁਰੂ ਨਾਲ ਪਿਆਰ ਕੀਤਾ ਉਹਨਾਂ ਵੱਲ ਦੇਖੋ, ਜਿਹੜੇ ਮੇਰੇ ਵਰਗੇ ਟੁੱਟੀਆਂ ਜਾਂ ਗੱਲਾਂ ਕਰਦੇ ਗੁਰੂ ਸਾਹਿਬ ਵਾਲੇ, ਉਹਨਾਂ ਵੱਲ ਤਵੱਜੋ ਦੇਣੀ ਬੰਦ ਕਰ ਦਿਓ। ਇਟਸ ਨੋਇਜ਼, ਜਿਵੇਂ ਈਮੇਲਾਂ ਆਉਂਦੀਆਂ ਨੇ ਅੱਜ ਕੱਲ੍ਹ, ਜਿਹੜੀਆਂ ਫਿਲਟਰ ਅਸੀਂ ਲਾਏ ਹੁੰਦੇ ਨੇ, ਇਹ ਜੰਕ ਮੇਲ ਆ ਉਹ ਜੰਕ ਮੇਲ 'ਚ ਪਾ ਦਿਓ, ਇਹ ਸਕੈਮ ਮੇਲ ਆ ਉਹਦੇ 'ਚ ਪਾ ਦਿਓ, ਇਹ ਫਿਲਟਰ ਔਨ ਕਰੋ। ਇਹ ਫਿਲਟਰ ਸਾਨੂੰ ਮਿਲਣਗੇ ਗੁਰੂ ਗ੍ਰੰਥ ਸਾਹਿਬ 'ਚੋਂ, ਇਹ ਫਿਲਟਰ ਗੁਰਬਾਣੀ ਦੇ ਜ਼ਰੂਰ ਲਾਓ, ਤਾਂ ਕਿ ਦਸਵੇਂ ਪਾਤਸ਼ਾਹ ਨਾਲ ਅਸੀਂ ਜਿਵੇਂ ਪੁਰਾਤਨ ਸਿੰਘਾਂ ਨੇ ਅਤੇ ਵਰਤਮਾਨ ਸਿੰਘਾਂ ਅਤੇ ਕੌਰਾਂ ਨੇ ਪਿਆਰ ਕੀਤਾ, ਕਰ ਰਹੇ ਨੇ ਹੁਣ ਵੀ, ਵਿਰਲੇ ਹੋਣਗੇ ਭਾਵੇਂ, ਅਸੀਂ ਵੀ ਉਸ ਲੈਵਲ ਦੀ ਪਿਆਰ ਦੀ ਖੇਡ ਲਈ ਤਿਆਰ ਹੋ ਜਾਈਏ। ਵਿਸ਼ਲੇਸ਼ਣ ਬੰਦ ਕਰਕੇ ਅਸੀਂ ਉਹ ਪਿਆਰ ਦੀ ਖੇਡ ਖੇਡਣੀ ਸ਼ੁਰੂ ਕਰ ਲਈਏ। ਇਹਨਾਂ ਸ਼ਬਦਾਂ ਨਾਲ ਅਰਦਾਸ ਖਿਮਾ ਦਾ ਜਾਚਕ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।